ਜਨਮ ਨਾਦ ਦੇ ਅੰਗ ਮਾਲਾ ਤੀਜਾ ਹੰਸਾ ਵੇਖ ਤਰੰਦਿਆ ਬੱਗਾ ਪੇ ਆਇਆ ਚਾ ਡੁੱਬ ਮੂਏ ਬਗ ਪਪੜੇ ਸਿਰ ਤਲ ਉੱਪਰ ਪਾਉ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਣ ਕਿਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨਾ ਬੀਆ ਤੂੰ ਕਰਨ ਕਾਰਣ ਸਮਰੱਥ ਹੈ ਤੂੰ ਕਰ ਹੈ ਸੋਥੀਆ ਤੂੰ ਅਣਮੰਗਿਆ ਦਾਨ ਦੇਵਣਾ ਸਭਨਾ ਜੀਆ ਸਭ ਆਖੋ ਸਤਿਗੁਰ ਵਾ ਜਿਨ ਦਾਨ ਹਰ ਨਾਮ ਮੁਖ ਦੀਆ ਸਭ ਆਖੋ ਸਤਿਗੁਰ ਵਾ ਜਿਨ ਦਾਨ ਹਰ ਨਾਮ ਮੁਖ ਦੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਹਮ ਅਵਗੁਣ ਭਰੇ ਇੱਕ ਗੁਣ ਨਾਹੀਂ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਖਦਾਰ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮੇਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀ ਜੈ ਪ੍ਰਣਵਤ
ਭਗਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹਾਂ ਦੇ ਪ੍ਰਤੱਖ ਰੂਪ ਅਕਾਲ ਪੁਰਖ ਵਾਹਿਗੁਰੂ ਦਾ ਹਿਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਯਤਨ ਉਦਮ ਕਰਕੇ ਦੂਰ ਨੇੜੇ ਤੋਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਪ੍ਰਾਪਤ ਹੋਈਆਂ ਘੜੀਆਂ ਨੂੰ ਰੱਬ ਦੇ ਘਰ ਵਿੱਚ ਲਿਖਵਾ ਰਹੇ ਅੱਜ ਦਾ ਸ੍ਰੀ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਬਚਨ ਹਨ। ਵਡਹੰਸ ਦੀ ਵਾਰ ਵਿੱਚ ਜੋ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਗਈ ਹੈ, ਪੌੜੀ ਗੁਰੂ ਰਾਮਦਾਸ ਜੀ ਦੀ ਹੈ, ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਚਾਰਨ ਕੀਤੇ। ਇਹਨਾਂ ਸਲੋਕਾਂ ਵਿੱਚ ਦੋ ਤਿੰਨ ਚੀਜ਼ਾਂ ਆਪਸ ਵਿੱਚ ਗਹਿਰਾ ਸੰਬੰਧ ਰੱਖਦੀਆਂ। ਇੱਕ ਲਫ਼ਜ਼ ਵਡਹੰਸ ਸਿਰਲੇਖ ਵਿੱਚ ਵੀ ਵਰਤਿਆ ਗਿਆ ਹੈ ਔਰ ਸ਼ਬਦ ਵਿੱਚ ਵੀ ਇਹਦੀ ਵਾਰ ਵਾਰ ਵਰਣਨ ਕੀਤਾ ਗਿਆ ਹੈ। ਮਨੁੱਖੀ ਚੇਤਨਾ ਨੂੰ ਹੰਸ ਕਿਹਾ ਗਿਆ ਹੈ ਸਰੀਰ ਦੇ ਵਿੱਚ। ਹੰਸ ਇੱਕ ਪੰਛੀ ਮੰਨਿਆ ਗਿਆ ਹੈ ਜਿਸ ਨੂੰ ਭਾਵੇਂ ਜਿਹੜੀ ਮਰਜ਼ੀ ਥਾਂ 'ਤੇ ਉਹ ਬੈਠਾ ਹੈ, ਉਹਦੇ ਸਾਹਮਣੇ ਤੁਸੀਂ ਜੋ ਮਰਜ਼ੀ ਪਰੋਸ ਦਿਓ ਰੱਖ ਦਿਓ, ਪਰ ਉਹਦੀ ਬੁੱਧੀ ਵਿੱਚ, ਉਹਦੀ ਚਿੰਜ ਵਿੱਚ ਇੱਕ ਖਾਸ ਤੌਰ 'ਤੇ ਵਿਸ਼ੇਸ਼ਤਾ ਹੈ ਕਿ ਉਹ ਮੋਤੀਆਂ ਤੋਂ ਬਿਨਾਂ ਕੁਝ ਚੁਗਦਾ ਨਹੀਂ ਹੈ। ਇੱਥੋਂ ਤੱਕ ਵੀ ਉਦਾਹਰਨਾਂ ਦਿੱਤੀਆਂ ਗਈਆਂ ਹਨ ਕਿ ਹੰਸ ਦੇ ਸਾਹਮਣੇ ਦੁੱਧ ਵੀ ਰੱਖਿਆ ਜਾਏ, ਉਹਦੀ ਚਿੰਜ ਵਿੱਚ ਇੰਨੀ ਮੁਹਾਰਤ, ਇੰਨੀ ਯੋਗਤਾ ਹੈ ਕਿ ਜਦੋਂ ਉਹ ਕਿਸੇ ਦੁੱਧ ਵਿੱਚ ਚਿੰਜ ਪਾਉਂਦਾ ਹੈ ਤੇ ਉਸ ਦੁੱਧ ਦਾ ਪਾਣੀ ਤੇ ਦੁੱਧ ਵੱਖਰਾ ਹੋ ਜਾਂਦਾ ਹੈ, ਦੁੱਧ ਫੁੱਟ ਜਾਂਦਾ ਹੈ। ਪਾਣੀ ਦਾ ਇੱਕ ਕਿਣਕਾ ਵੀ ਉਹ ਅਖਤਿਆਰ ਨਹੀਂ ਕਰਦਾ, ਪ੍ਰਵਾਨ ਨਹੀਂ ਕਰਦਾ, ਕੁਦਰਤੀ ਤੌਰ ਤੇ ਉਹਦੀ ਚਿੰਜ ਵਿੱਚ ਇਹ ਬਰਕਤ ਪਾਈ ਗਈ। ਸਤਿਗੁਰੂ ਨੇ ਇਹ ਸ਼ਬਦ ਉਸ ਉੱਚੀ ਸ਼ਖਸੀਅਤ ਵਾਸਤੇ ਵਰਤਿਆ ਹੈ ਜਿਸ ਦੇ ਸੁਰਤ ਵਿੱਚ, ਜਿਹਦੇ ਮਨ ਵਿੱਚ ਇਹ ਯੋਗਤਾ ਆ ਜਾਏ ਕਿ ਉਹਦੇ ਸਾਹਮਣੇ ਅੰਮ੍ਰਿਤ ਤੇ ਜ਼ਹਿਰ ਰੱਖ ਦਿਓ, ਉਹਦੇ ਸਾਹਮਣੇ ਪਦਾਰਥ ਰੱਖ ਦਿਓ
ਉਹ ਜਦੋਂ ਨਜ਼ਰ ਪਾਏਗਾ ਤੇ ਉਹਨੂੰ ਵੱਖਰੇ ਵੱਖਰੇ ਦਿਸਣਗੇ। ਉਹਦੀ ਦ੍ਰਿਸ਼ਟੀ ਵਿੱਚ ਇੰਨੀ ਸ਼ਕਤੀ ਹੈ, ਬ੍ਰਹਮ ਗਿਆਨੀ ਜਿਹਨੂੰ ਕਿਹਾ ਹੈ। ਝੂਠ ਤੇ ਸੱਚ ਨੂੰ ਸਹਿਜ ਸੁਭਾਏ ਹੀ ਨਖੇੜ ਦਿੰਦਾ ਹੈ, ਇਸ ਲਈ ਉਹ ਭੁਲੇਖਾ ਨਹੀਂ ਖਾਂਦਾ। ਔਰ ਇਸ ਝੂਠੇ ਸੰਸਾਰ ਦੇ ਵਿੱਚੋਂ ਵੀ ਸੱਚ ਨੂੰ ਚੁਗ ਲੈਂਦਾ ਹੈ, ਸੱਚ ਨੂੰ ਚੁਣਦਾ, ਕਿਉਂਕਿ ਅਕਾਲ ਪੁਰਖ ਦਾ ਨਿਵਾਸ ਇੱਥੇ ਵਿੱਚ ਹੀ ਸੰਸਾਰ ਦੇ, ਹੋਰ ਬਾਹਰ ਨਹੀਂ ਹੈ। ਜਦੋਂ ਵੀ ਕਿਸੇ ਨੇ ਉਹਨੂੰ ਪ੍ਰਾਪਤ ਕੀਤਾ ਹੈ ਤੇ ਡਾਇਰੈਕਟ ਨਹੀਂ ਕੀਤਾ, ਉਹਦੇ ਵਿੱਚ ਝੂਠ ਯਾਨੀ ਝੂਠ ਦੇ ਇੱਥੇ ਅਰਥ ਝੂਠ ਬੋਲਣਾ ਨਹੀਂ, ਝੂਠ ਦੇ ਇੱਥੇ ਅਰਥ ਹੋਣਗੇ ਨਾਸ਼ਮਾਨ ਸੰਸਾਰ ਜੋ ਰਹਿੰਦਾ ਨਹੀਂ। ਇਹ ਜਿਹੜੇ ਦੋ ਲਫ਼ਜ਼ ਨੇ ਝੂਠ ਤੇ ਸੱਚ, ਇਹਦੇ ਦੋ ਸਰੂਪ ਨੇ ਬਾਣੀ ਵਿੱਚ। ਇੱਕ ਝੂਠ ਉਹ ਹੈ ਜੋ ਅਸੀਂ ਸ਼ਬਦਾਂ ਰਾਹੀਂ ਜਿਹੜੀ ਗੱਲ ਹੈ ਉਹਨੂੰ ਬਦਲ ਕੇ ਬੋਲਦੇ ਹਾਂ, ਉਹਨੂੰ ਕਹਿੰਦੇ ਝੂਠ ਬੋਲਿਆ, ਇਹ ਇੱਕ ਪ੍ਰਕਾਰ ਦਾ ਝੂਠ ਹੈ। ਦੂਜਾ ਝੂਠ ਹੈ ਕਿ ਜਿਹੜੀਆਂ ਚੀਜ਼ਾਂ ਪੈਦਾ ਹੋਈਆਂ ਨੇ ਤੇ ਨਸ਼ਟ ਹੋ ਜਾਂਦੀਆਂ ਨੇ ਸਾਲਾਂ ਵਿੱਚ, ਉਹਨਾਂ ਨਾਲ ਗੂੜੀ ਪ੍ਰੀਤ ਪਾ ਲੈਣੀ, ਇਹਨੂੰ ਕਹਿੰਦੇ ਨੇ ਝੂਠ ਨਾਲ ਮੋਹ ਪਾ ਕੇ ਬੈਠੇ। ਅਸਲੀਅਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 100 ਵਿੱਚੋਂ 95 ਥਾਂ ਤੇ ਝੂਠ ਦੇ ਅਰਥ ਇਹ ਹੋਣਗੇ ਵੀ ਜਿਹੜੀ ਚੀਜ਼ ਤੇਰੇ ਹੱਥਾਂ ਵਿੱਚੋਂ ਤਿਲਕ ਜਾਣੀ ਹੈ, ਨਿਕਲ ਜਾਣੀ ਹੈ, ਸਮੇਂ ਨੇ ਜੋ ਤੇਰੇ ਤੋਂ ਖੋਹ ਲੈਣੀ ਹੈ, ਜਿਹੜਾ ਤੂੰ ਉਹਦੇ ਨਾਲ ਮੋਹ ਪਾ ਕੇ ਬੈਠਾ, ਹਜ਼ਾਰ ਵਾਰੀ ਸੱਚ ਬੋਲਦਾ ਤੂੰ ਸੱਚਾ ਨਹੀਂ ਹੈ, ਤੇਰੀ ਪ੍ਰੀਤ ਝੂਠ ਨੂੰ ਨਾਸ਼ਮਨ ਤਨ। ਹਾਂ ਕਿਤੇ ਕਿਤੇ ਇਹ ਕਿਹਾ ਗਿਆ ਸੱਚ ਬੋਲਣਾ ਚਾਹੀਦਾ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਏ, ਸੱਚ ਬੋਲਣਾ ਚਾਹੀਦਾ। ਇਹ ਕਿਤੇ ਕਿਤੇ ਤਾਕੀਦ ਹੈ, ਪਰ ਜਦੋਂ ਇਹਦੀ ਡੂੰਘਾਈ ਵਿੱਚ ਜਾਓਗੇ ਉੱਥੇ ਸੱਚ ਬੋਲਣ ਦੇ ਅਰਥ ਫਿਰ ਇਹ ਆ ਜਾਣਗੇ ਕਿ ਜਿਸ ਮਨੁੱਖ ਦਾ ਪਿਆਰ ਸਚਿਆਈ ਨਾਲ ਹੈ, ਕਾਇਮ ਰਹਿਣ ਵਾਲੀਆਂ ਚੀਜ਼ਾਂ ਨਾਲ। ਹੁਣ ਇਸੇ ਤਰ੍ਹਾਂ ਝੂਠ ਦੇ ਦੋ ਅਰਥ ਨੇ, ਇਸੇ ਤਰ੍ਹਾਂ ਸੱਚ ਦੇ ਵੀ ਦੋ ਅਰਥ ਨੇ। ਇੱਕ ਸੱਚ ਬੋਲਣਾ, ਇੱਕ ਸੱਚ ਦੇ ਨਾਲ ਮੋਹ ਪਾ ਲੈਣਾ। ਸੱਚ ਕੀ ਹੈ? ਜੋ ਲਗਾਤਾਰ ਹੀ ਰਹਿੰਦਾ ਹੈ, ਜਿਹਦੀ ਕੋਈ ਉਮਰ ਨਹੀਂ, ਜੋ ਸਾਲਾਂ ਵਿੱਚ ਮਿਣਿਆ ਨਹੀਂ ਜਾ ਸਕਦਾ, ਜਿਹਨੂੰ ਤੋਲਿਆ ਨਹੀਂ ਜਾ ਸਕਦਾ। ਸੱਚ ਕੀ ਹੈ? ਇਸ ਸਰੀਰ ਨੂੰ ਚਲਾ ਰਹੀ ਸ਼ਕਤੀ ਜਿਹਨੂੰ ਗੁਰੂ ਸਾਹਿਬ ਨੇ ਜੋਤ ਕਿਹਾ ਹੈ, ਉਹ ਸੱਚ ਹੈ। ਤੇ ਸਰੀਰ ਜੋਤ ਤੇ ਮਿੱਟੀ ਦਾ ਮਿਲਾਪ ਹੈ ਦੋਵਾਂ ਦਾ। ਜਿਸ ਮਨੁੱਖ ਦੇ ਵਿੱਚ ਹੰਸ ਵਾਲੀ ਬਿਰਤੀ ਪੈਦਾ ਹੋ ਗਈ, ਗੁਰੂ ਨੇ ਕਿਰਪਾ ਕੀਤੀ, ਉਹਦੀ ਸੁਰਤ ਵਿੱਚ ਹੰਸ ਵਾਲੀ ਤਾਕਤ ਆ ਗਈ, ਉਹ ਸਰੀਰ ਦੇ ਵਿੱਚੋਂ ਝੂਠ ਵੱਖਰਾ ਕਰ ਦੇਗਾ ਤੇ ਸੱਚ ਵੱਖਰਾ ਕਰ ਦੇਗਾ, ਅੰਮ੍ਰਿਤ ਵੱਖਰਾ ਕਰ ਦੇਗਾ, ਜ਼ਹਿਰ ਵੱਖਰੀ ਕਰ ਦੇਗਾ, ਉਹਨੂੰ ਪਤਾ ਲੱਗ ਜਾਏਗਾ, ਪੰਜ ਵਿਕਾਰ ਵੱਖਰੇ ਕਰ ਦੇਗਾ ਤੇ ਜਿਹੜੀ ਅੰਮ੍ਰਿਤ ਦੀ ਦਾਤ ਨਾਮ ਦੀ ਹੈ ਉਹਨੂੰ ਵਿੱਚੋਂ ਵੱਖਰੀ ਵੇਖ ਲੈ। ਉਹਦੇ ਸਾਹਮਣੇ ਉਹਦਾ ਸਰੀਰ ਇੱਕ ਇਸ ਤਰ੍ਹਾਂ ਖੜਾ ਹੋ ਜਾਏਗਾ ਜਿਵੇਂ ਅਸੀਂ ਦੁਕਾਨ ਵਿੱਚ ਕੋਈ ਚੀਜ਼ ਖਰੀਦਣ ਜਾਂਦੇ ਹਾਂ, ਉਹ ਪਈ ਹੈ ਉਹਨੂੰ ਫੋਲ ਫੋਲ ਕੇ ਵੇਖ ਸਕਦੇ ਹਾਂ ਵੀ ਇਹਦੇ ਵਿੱਚ ਕੀ ਹੈ। ਜਿਹੜਾ ਮਨੁੱਖ ਹੰਸ ਦੀ ਬਿਰਤੀ ਨੂੰ ਪ੍ਰਾਪਤ ਕਰ ਲਿਆ, ਜੇ ਹੰਸ ਬਣ ਗਿਆ, ਉਹਨੂੰ ਹੁਣ ਗਿਆਨ ਸੁਣਨ ਦੀ ਵੀ ਲੋੜ ਨਹੀਂ ਰਹੀ, ਧਿਆਨ ਦੇਣਾ ਉਹਨੂੰ ਜ਼ਰੂਰਤ ਨਹੀਂ ਹੈ, ਉਹਨੂੰ ਕਿਸੇ ਕਥਾ ਵਿਖਿਆਣ ਦੀ, ਕਿਸੇ ਸ਼ਾਸਤਰ ਦੀ, ਕਿਸੇ ਸਮਝ ਦੇਣ ਦੀ ਕੋਈ ਲੋੜ ਨਹੀਂ ਰਹੀ, ਕਿਉਂਕਿ ਇਹ ਤੇ ਸਾਡੇ ਵਾਸਤੇ ਹੈ ਨਾ ਜਿੱਥੇ ਹਨੇਰਾ।
ਕਿਸੇ ਨੂੰ ਇਹ ਦੱਸਣ ਦੀ ਲੋੜ ਉਦੋਂ ਪੈਂਦੀ ਜਦੋਂ ਉਹਦੀ ਅੱਖ ਨਾ ਹੋਵੇ, ਉਹਨੂੰ ਬਾਹਰੋਂ ਕੰਨਾਂ ਵਿੱਚੋਂ ਕਿਹਾ ਜਾਂਦਾ ਵੀ ਥੋੜਾ ਜਿਹਾ 4 ਫੁੱਟ ਇੱਧਰ ਹੋ ਕੇ ਲੰਘੋ, ਟੋਇਆ ਹੈ, ਹੁਣ ਇੱਧਰ ਨੂੰ ਮੁੜੋ, ਇੱਧਰ ਮੁੜੋ, ਕਿਉਂ ਉਹਦੇ ਕੋਲ ਅੱਖ ਨਹੀਂ? ਤੇ ਜਿਹਦੇ ਕੋਲ ਅੱਖ ਆ ਗਈ ਉਹਨੂੰ ਕੀ ਲੋੜ ਹੈ ਦੱਸਣ? ਇਹ ਉਹਨੂੰ ਸਮਝਾਇਆ ਜਾਂਦਾ ਵੀ ਵੇਖ ਕੇ ਤੁਰੀ ਕਮਰੇ ਵਿੱਚ ਕਿਤੇ ਟਕਰਾ ਨਾ ਜਾਈ ਜਿਸ ਕਮਰੇ ਵਿੱਚ ਲਾਈਟ ਬੁੱਝੀ ਹੋਈ ਹੈ, ਜਿੱਥੇ ਪ੍ਰਕਾਸ਼ ਹੋ ਗਿਆ, ਜਿੱਥੇ ਲਾਈਟ, ਉੱਥੇ ਸਮਝਾਉਣ ਦੀ ਕੋਈ ਲੋੜ ਹੀ ਨਹੀਂ ਰਹਿੰਦੀ ਕਿਉਂਕਿ ਸਾਹਮਣੇ ਸਾਰੀਆਂ ਚੀਜ਼ਾਂ ਨਜ਼ਰ ਆਈ ਜਾਂਦੀਆਂ, ਜ਼ੈਲ ਤੇ ਅਮਲ ਦਿਸ ਹੀ ਜਾਂਦਾ, ਸਾਰਾ ਕੁਝ ਪ੍ਰਗਟ ਹੋ ਗਿਆ। ਪਹਿਲਾਂ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ ਭਗਤਾਂ ਨੂੰ, ਪਹਿਲਾਂ ਸੰਸਾਰ ਦੇ ਦਰਸ਼ਨ ਹੋਏ। ਅਜੇ ਤਾਂ ਸਾਨੂੰ ਸੰਸਾਰ ਦੇ ਵੀ ਠੀਕ ਦਰਸ਼ਨ ਨਹੀਂ ਹੋਏ, ਪਰਮਾਤਮਾ ਦੇ ਕਿੱਥੋਂ ਹੋਣੇ, ਗੁਰੂ ਦੇ ਕਿੱਥੋਂ ਹੋਣੇ? ਜਦੋਂ ਕੋਈ ਗੁਰੂ ਵੱਲ ਜਾਂਦਾ ਹੈ ਤੇ ਪਹਿਲੇ ਦਰਸ਼ਨ ਸੰਸਾਰ ਦੇ ਨੇ, ਸੰਸਾਰ ਦਿਸੇਗਾ, ਸੰਸਾਰ ਤੋਂ ਪਹਿਲਾਂ ਆਪਣਾ ਆਪ ਦਿਸੇਗਾ। ਇਹ 4 ਸਟੈਪ ਨੇ, ਆਪਣਾ ਆਪ ਦਿਸਣਾ, ਫਿਰ ਸੰਸਾਰ ਦਿਸੇਗਾ, ਫਿਰ ਗੁਰੂ ਦਿਸੇਗਾ ਤੇ ਫਿਰ ਪਰਮਾਤਮਾ। ਇਹ 4 ਪੌੜੀਆਂ ਨੇ, 4 ਦਰਸ਼ਨ ਨੇ। ਸਭ ਤੋਂ ਪਹਿਲਾਂ ਆਪਣਾ ਆਪ, ਜਿਹਨੂੰ ਆਪਣਾ ਆਪ ਨਹੀਂ ਦਿਸਿਆ ਉਹਨੂੰ ਸੰਸਾਰ ਵੀ ਨਹੀਂ ਦਿਸੇਗਾ, ਜਿਹਨੂੰ ਸੰਸਾਰ ਨਹੀਂ ਦਿਸਿਆ ਉਹਨੂੰ ਗੁਰੂ ਵੀ ਨਹੀਂ ਨਜ਼ਰ ਆਏਗਾ, ਜਿਹਨੇ ਗੁਰੂ ਨਹੀਂ ਵੇਖਿਆ ਪਰਮਾਤਮਾ ਤੱਕ ਜਾ ਹੀ ਨਹੀਂ ਸਕਦਾ। ਆਪਣੇ ਆਪ ਨੂੰ ਕਾਹਦੇ ਨਾਲ ਵੇਖਿਆ ਜਾ ਸਕਦਾ? ਅਸੀਂ ਸਾਰੇ ਵੇਖ ਕੇ ਆਏ ਹਾਂ ਸਵੇਰੇ ਆਪਣੇ ਆਪ, ਸਰੀਰ ਨੂੰ, ਆਪਣੇ ਆਪ ਨੂੰ ਨਹੀਂ। ਕਿਹੜੀ ਚੀਜ਼ ਹੈ? ਉਹ ਸ਼ੀਸ਼ਾ ਹੈ, ਉਹ ਹੀ ਸਾਨੂੰ ਦੱਸ ਸਕਦਾ ਤੇਰਾ ਚਿਹਰਾ ਮੋਹਰਾ ਕਿਵੇਂ ਦਾ, ਤੇਰੇ ਮੂੰਹ ਤੇ ਮਿੱਟੀ ਕਿੱਥੇ ਲੱਗੀ, ਤੇਰੇ ਲੜ ਕਿੱਧਰ ਖਿਲਰੇ ਹੋਏ, ਤੇਰੇ ਵਿੱਚ ਨੁਕਸ ਕਿੱਥੇ ਹੈ। ਗੁਰੂ ਹੈ ਸ਼ੀਸ਼ਾ, ਗੁਰੂ ਕੇ ਸ਼ਬਦ ਤੇ ਸ਼ੀਸ਼ੇ ਦੇ ਸਾਹਮਣੇ ਜਦੋਂ ਸਿੱਖ ਹੁੰਦਾ ਹੈ ਉਹਨੂੰ ਆਪਣਾ ਆਪ ਨਜ਼ਰ ਆਉਂਦਾ ਹੈ। ਜਿਵੇਂ ਬਾਹਰੋਂ ਅਸੀਂ ਸਰੀਰ ਸ਼ੀਸ਼ੇ ਨਾਲ ਵਹਿੰਦੇ ਹਾਂ ਤੇ ਮੂੰਹ ਦਿਸਦਾ, ਇਸੇ ਤਰ੍ਹਾਂ ਜਦੋਂ ਗੁਰ ਸ਼ਬਦ ਵਿਚਾਰ ਔਰ ਸ਼ਬਦ ਅਭਿਆਸ ਦੇ ਸਾਹਮਣੇ ਸਿੱਖ ਆਏਗਾ ਉਹਨੂੰ ਸਭ ਤੋਂ ਪਹਿਲਾਂ ਆਪਣੀ ਤਸਵੀਰ ਦਿਸੇਗੀ। ਆਹ ਤੇ ਸਾਰੀ ਰਾਮਲੀਲਾ ਰਾਸਲੀਲਾ ਨਾਟਕ ਹੈ, ਰੱਬ ਦੇ ਦਰਸ਼ਨ, ਰੱਬ ਦੇ ਦਰਸ਼ਨ, ਰੱਬ ਦੇ ਦਰਸ਼ਨ ਅਜੇ ਕਿੱਥੋਂ ਹੋਣੇ ਨੇ? ਅਜੇ ਆਪਣੇ ਦਰਸ਼ਨ ਹੀ ਕੋਈ ਨਹੀਂ ਹੋਏ। ਜਿੱਦਣ ਆਪਣੇ ਦਰਸ਼ਨ ਹੋਣਗੇ ਤੇ ਉਦਣ ਅੰਦਰੋਂ ਆਵਾਜ਼ ਮਿਟ ਨਿਕਲੇਗੀ। ਪਹਿਲਾਂ ਤੇ ਅਸੀਂ ਆਪਣੀ ਪਰਿਭਾਸ਼ਾ ਹੋਰ ਕੁਝ ਸਮਝੀ ਸੀ ਕਿ ਮੈਂ ਪਤਾ ਨਹੀਂ ਕਿੰਨਾ ਕੁ ਮਹਾਨ, ਕਿੰਨਾ ਕੁ ਦਾਨੀ, ਕਿੰਨਾ ਕੁ ਜਪੀ, ਕਿੰਨਾ ਕੁ ਤਪੀ ਹਾਂ। ਪਰ ਪਹਿਲੇ ਦਿਨ ਜਿੱਦਣ ਆਪਣੇ ਆਪ ਦੇ ਦਰਸ਼ਨ ਹੋ ਗਏ, ਅੰਦਰ ਕੰਬਣ ਲੱਗ ਪਏਗਾ, ਉਸ ਕਾਂਬੇ ਵਿੱਚ ਅੰਦਰਲੀ ਮੈਲ ਡਿੱਗੇਗੀ। ਬੜੇ ਬੜੇ ਵੱਡੇ ਗਿਆਨਵਾਨ ਲੋਕਾਂ ਨੂੰ ਵੀ ਪਤਾ ਨਹੀਂ ਕਿ ਤੁਹਾਡੀ ਬੁੱਕਲ, ਗਿਆਨ ਦੀ ਬੁੱਕਲ ਦੇ ਥੱਲੇ ਅਜੇ ਅਗਿਆਨ ਲੁਕਿਆ ਹੋਇਆ। ਬੜੇ ਬੜੇ ਜਪੀਆਂ ਤਪੀਆਂ ਨੂੰ ਵੀ ਇਸ ਚੀਜ਼ ਦਾ ਇਲਮ ਨਹੀਂ ਕਿ ਤੁਹਾਡੇ ਜਪ ਤਪ ਦੇ ਸਾਹਮਣੇ ਅਹੰਕਾਰ ਲੁਕ ਕੇ ਬੈਠਾ, ਕੱਪੜੇ ਬਦਲ ਕੇ ਬੈਠ ਗਿਆ ਵਸਤਰ। ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ 26-27 ਸਾਲ ਦੀ ਅਭਿਆਸ ਕੀਤਾ ਬਾਬੇ ਬਕਾਲੇ ਵਿੱਚ, ਸਿਮਰਨ ਕੀਤਾ, ਬੰਦਗੀ ਕੀਤੀ, ਚਿੰਤਨ ਕੀਤਾ, ਵਿਸ਼ਲੇਸ਼ਣ ਕੀਤਾ, ਸਾਰਾ ਕੁਝ ਕੀਤਾ, ਸੱਚ ਕੀ ਹੈ? ਤੇ 27 ਸਾਲਾਂ ਤੋਂ ਬਾਅਦ ਜਦੋਂ ਪਹਿਲੀ ਵਾਰੀ ਬੋਲੇ, ਪਹਿਲੀ ਵਾਰੀ 27 ਸਾਲਾਂ ਦੀ ਕਮਾਈ ਤੋਂ ਬਾਅਦ ਜਿਹੜਾ ਪਹਿਲਾ ਤਜਰਬਾ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਕਿਸੇ ਨੇ ਕਿਹਾ ਬੋਲੋ ਜੋ 27 ਸਾਲ ਵਿੱਚ ਤੁਸੀਂ ਖੋਜਿਆ, ਜੋ 27 ਸਾਲ ਵਿੱਚ ਤੁਸੀਂ ਲੱਭਿਆ, ਸਾਡੇ ਵਾਸਤੇ ਕੁਝ ਬਾਹਰ ਵੀ ਕਿਰਪਾ ਕਰੋ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਹਿਲੀ ਸਟੇਟਮੈਂਟ ਆਈ, ਪਹਿਲੀ ਖਬਰ ਆਈ ਕਿ 27 ਸਾਲਾਂ ਵਿੱਚ ਮੈਂ ਇਹ ਵੇਖਿਆ
ਜੇ ਆਦਮੀ ਦਾ ਸਭ ਤੋਂ ਵੱਡਾ ਦੁਸ਼ਮਣ ਅਤੇ ਅਹੰਕਾਰ ਹੈ, ਹੋਰ ਇੰਨਾ ਵੱਡਾ ਨੁਕਸਾਨ ਕਰਨ ਵਾਲਾ ਕੁਝ ਵੀ ਨਹੀਂ। ਪਹਿਲਾ ਸ਼ਬਦ ਗੌੜੀ ਰਾਗ ਦਾ ਉਚਾਰਿਆ, ਸਾਧੋ ਮਨ ਕਾ ਮਾਨ ਤਿਆਗੋ, ਇੱਥੋਂ ਗੱਲ ਸ਼ੁਰੂ ਕੀਤੀ। ਅਗਲੀ ਬਾਣੀ ਸਾਰੀ ਬਾਅਦ ਵਿੱਚ ਉਚਾਰੀ, ਅਗਲੇ ਜਿਹੜੇ ਸ਼ਬਦ ਨੇ ਉਹ ਸਾਰੇ ਬਾਅਦ ਵਿੱਚ ਨੇ, ਕਿਉਂਕਿ ਇਹ ਸਭ ਤੋਂ ਬਰੀਕ ਹੋ ਕੇ ਆਦਮੀ ਨੂੰ ਭਰਮ ਪਾਉਣ ਵਿੱਚ ਸਮਰੱਥ ਹੈ ਕਿ ਮੈਂ ਕੁਝ ਬਣ ਗਿਆ। ਇਸੇ ਨੂੰ ਭਰਮ ਕਿਹਾ, ਇਸੇ ਨੂੰ ਅਗਿਆਨ ਕਿਹਾ, ਇਸੇ ਨੂੰ ਹਨੇਰਾ ਕਿਹਾ। ਵੱਡੇ ਵੱਡੇ ਜੋਗੀ, ਵੱਡੇ ਵੱਡੇ ਜਪੀ, ਵੱਡੇ ਵੱਡੇ ਤਪੀ ਇਸ ਸੂਖਸ਼ਮ ਹੰਕਾਰ ਦੇ ਕਲੇਵੇ ਵਿੱਚ, ਕੱਪੜਿਆਂ ਦੇ ਵਿੱਚ ਟੱਕੇ ਰਹੇ, ਕਈ ਕਈ ਜਨਮ ਨਿਕਲ ਗਏ, ਕਿਸੇ ਨੂੰ ਸਮਝ ਨਹੀਂ ਆਏ। ਸਮਝ ਕਦੋਂ ਆਏਗੀ? ਕੋਈ ਟੁੱਟੇ ਹੋਏ ਹੰਕਾਰ ਵਾਲਾ ਮਿਲ ਗਿਆ, ਉਸ ਤੋਂ ਪਹਿਲਾਂ ਨਹੀਂ। ਪੂਰਾ ਗੁਰੂ ਮਿਲਿਆ ਜਿਹੜਾ ਸਮਝੌਤਾ ਨਹੀਂ ਕਰਦਾ, ਪੂਰਾ ਗੁਰੂ ਮਿਲਿਆ ਜਿਸ ਨੂੰ ਕੋਈ ਸਵਾਰਥ ਨਹੀਂ ਹੈ ਗਿਣਤੀ ਵਧਾਉਣ ਦਾ, ਪੂਰਾ ਗੁਰੂ ਮਿਲਿਆ ਜਿਹਨੇ ਡੇਰਾ ਨਹੀਂ ਚਲਾਉਣਾ, ਜਿਹਨੇ ਭੀੜ ਨਹੀਂ ਇਕੱਠੀ ਕਰਨੀ, ਜਿਹਨੇ ਲੋਕਾਂ ਨੂੰ ਖੁਸ਼ ਨਹੀਂ ਕਰਨਾ। ਬਿਲਕੁਲ ਰੁੱਖੇ ਸ਼ਬਦ ਹੋਣਗੇ, ਉਹ ਲਿਹਾਜ਼ ਨਹੀਂ ਕਰੇਗਾ ਕਿਸੇ, ਸਮਝੌਤਾ ਨਹੀਂ ਕਰੇਗਾ, ਉਹ ਲਿੰਬੇ ਪੋਚੇਗਾ ਨਹੀਂ ਕਿਸੇ ਨੂੰ। ਇਹ ਸੂਖਮ ਹੰਕਾਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅੰਦਰ ਵੜ ਕੇ ਬੈਠ ਜਾਂਦਾ, ਕੋਈ ਨਾ ਕੋਈ ਕੱਪੜੇ ਪਾ ਕੇ, ਕੋਈ ਨਾ ਕੋਈ ਰੂਪ ਧਾਰਨ ਕਰਕੇ। ਬੜੀ ਸੁੰਦਰ ਇੱਕ ਉਦਾਹਰਣ ਦਿੱਤੀ ਕਿਸੇ ਨੇ, ਕੋਈ ਬਾਦਸ਼ਾਹ ਰਾਜ ਕਰ ਕਰਕੇ ਅੱਕ ਗਿਆ, ਵਿਰਾਗ ਪੈਦਾ ਹੋ ਗਿਆ, ਕਿਉਂਕਿ ਪਦਾਰਥ ਦੀ ਵੀ ਖਿੱਚ ਓਨਾ ਚਿਰ ਰਹਿੰਦੀ ਜਿੰਨਾ ਚਿਰ ਕੋਲ ਨਹੀਂ, ਜਦੋਂ ਵਰਤ ਲਓ ਮਿੱਟੀ ਹੋ ਗਿਆ ਉਸੇ ਵੇਲੇ। ਕਈ ਵਾਰੀ ਕੁਝ ਲੋਕ ਬਹੁਤ ਸਾਰੇ, ਥੋੜੇ ਜਿਹੇ ਨਹੀਂ, ਇਸ ਤਰ੍ਹਾਂ ਦੇ ਵੀ ਹੋਏ ਨੇ ਇਸ ਜ਼ਮੀਨ ਤੇ, ਜਿਨ੍ਹਾਂ ਨੇ 100% ਸੰਸਾਰ ਨੂੰ ਭੋਗਿਆ ਤੇ ਭੋਗਣ ਤੋਂ ਬਾਅਦ ਵਿਰਾਗੀ ਹੋ ਗਏ। ਉਹਨਾਂ ਵਿੱਚ ਭਰਤਰੀ ਵੀ ਆਉਂਦਾ, ਉਹਨਾਂ ਵਿੱਚ ਜਨਕ ਵੀ ਆਉਂਦਾ। ਬੜੇ ਲੋਕ ਹੋਏ ਨੇ, ਇਹ ਨਹੀਂ ਕਿ ਗਰੀਬ ਹੀ ਸਾਰੇ ਤੁਰੇ ਨੇ ਪਰਮਾਤਮਾ ਵੱਲ। ਗਰੀਬ ਕੋਲ ਇੱਕ ਕੁਦਰਤੀ ਗਿਫਟ ਹੁੰਦੀ ਹੈ, ਵਰਦਾਨ ਹੁੰਦਾ ਪਰਮਾਤਮਾ ਦਾ, ਕਿ ਉਹ ਹੰਕਾਰ ਕਰ ਹੀ ਨਹੀਂ ਸਕਦਾ ਕਿਸੇ ਚੀਜ਼ ਦਾ, ਕੋਲ ਚੀਜ਼ ਹੀ ਕੋਈ ਨਹੀਂ ਹੰਕਾਰ ਕਰਨ ਵਾਲੀ, ਇਹ ਉਹਦੇ ਕੋਲ ਦਾਤ ਹੈ। ਪਰ ਕਦੀ ਕਦੀ ਇਸ ਤਰ੍ਹਾਂ ਹੁੰਦਾ ਵੀ ਕੋਈ ਵਿਅਕਤੀ ਇੰਨਾ ਰੱਜ ਜਾਂਦਾ ਪਦਾਰਥ ਨਾਲ, ਭੋਗ ਭੋਗ ਕੇ ਇੰਨਾ ਅੱਕ ਜਾਂਦਾ, ਉਹ ਕਹਿੰਦਾ ਹੈ ਕਿ ਇਹ ਮਿੱਟੀ ਹੋ ਗਿਆ, ਸਾਰਾ ਰਿਹਾ ਹੀ ਕੋਈ, ਖਿੱਚ ਖਤਮ ਹੋ ਗਈ। ਇੱਕ ਬਾਦਸ਼ਾਹ ਵਿਰਾਗੀ ਹੋਇਆ, ਅੱਕ ਗਿਆ ਉਹਦਾ ਮਨ ਰਾਜ ਸਿੰਘਾਸਨ ਤੋਂ, ਨਾਚ ਘਰ ਤੋਂ, ਸ਼ਰਾਬਾਂ ਤੋਂ, ਕਬਾਬਾਂ ਤੋਂ, ਕੁਝ ਨਹੀਂ ਲੱਭਾ। ਹਰ ਇੱਕ ਸੁਗੰਧੀ ਅਖੀਰ ਨੂੰ ਦੁਰਗੰਧੀ ਦਾ ਰੂਪ ਧਾਰਨ ਕਰ ਜਾਂਦੀ, ਉਹਦਾ ਮਨ ਜਾਗ ਪਿਆ। ਤੇ ਉਦੋਂ ਇਹ ਵਿਵਸਥਾ ਨਹੀਂ ਸੀ ਜਿਹੜੀ ਅੱਜ ਹੈ, ਵੀ ਵਿੱਚ ਰਹਿ ਕੇ ਵੀ ਤੁਸੀਂ ਕਮਾ ਸਕਦੇ। ਉਦੋਂ ਇਹ ਰਿਵਾਜ ਸੀ ਵੀ ਸੰਸਾਰ ਛੱਡੋ, ਰਾਜ ਛੱਡਿਆ ਉੱਥੇ ਚਲਾ ਗਿਆ ਜਿੱਥੇ ਇੱਕ ਕੋਈ ਆਦਮੀ ਵੀ ਵੇਖਣ ਨੂੰ ਨਹੀਂ ਸੀ ਮਿਲਦਾ, ਕੋਲ ਕੁਝ ਨਹੀਂ, ਬਸ ਇੱਕ ਲੰਗੋਟੀ, ਇੱਕ ਉਹਨੇ ਝੁੱਗੀ ਬਣਾਈ, ਅੱਗ ਦਾ ਕੋਈ ਪ੍ਰਬੰਧ ਨਹੀਂ, ਫਲ ਫਰੂਟ ਖਾ ਲੈਂਦਾ, ਪੱਤੇ ਖਾ ਲੈਂਦਾ। 20 ਸਾਲ ਤੱਕ ਚੌਂਕੜਾ ਲਾ ਕੇ ਬੈਠਾ ਰਿਹਾ, ਪਰ ਗੱਲ ਇਹ ਸੀ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਹੁਣ ਕੀ ਹੁੰਦਾ, ਉਹ ਤੇ ਹੁਣ ਸਮਾਧੀਆਂ ਨੇ, ਜਿੰਨਾ ਚਿਰ ਬਹਿੰਦਾ ਉਹਨਾਂ ਚਿਰ ਤੇ ਆਨੰਦ ਆਉਂਦਾ, ਜਦੋਂ ਉੱਠਦਾ ਅੱਖ ਖੁੱਲਦੀ ਹੈ ਫਿਰ ਉਹੀ ਕਲਪਨਾ ਤੇਜ਼ ਚੱਲ ਪੈਂਦੀ। ਆ ਜਿੰਨੇ ਸੈਂਟਰ ਖੁੱਲੇ ਨੇ ਸਮਾਧੀਆਂ ਲਵਾਉਣ ਵਾਲੇ, ਸਾਡੇ ਵਿੱਚ ਵੀ ਬੜੇ ਖੁੱਲ ਗਏ ਨੇ। ਉਹਨਾਂ ਦੇ ਜਗਿਆਸਿਆਂ ਨੂੰ ਪੁੱਛ ਕੇ ਵੇਖੋ ਕੀ ਹੈ, ਆ ਜਿੰਨੇ ਸਮਾਧੀਆਂ ਲਵਾਉਣ ਵਾਲੇ।
ਇਮਾਨਦਾਰ ਜਿਹੜੇ ਜਗਿਆਸੂ ਉੱਥੇ ਗਏ ਨੇ ਉਹਨਾਂ ਨੇ ਆ ਕੇ ਦੱਸਿਆ ਵੀ ਜਿੰਨਾ ਚਿਰ ਬਹਿੰਦੇ ਆ ਉਹਨਾਂ ਚਿਰ ਟਿਕਦਾ, ਜਦੋਂ ਉੱਠਣੇ ਆ ਫਿਰ ਉਹੀ ਕਲਪਣ, ਫਿਰ ਉਹੀ ਰੇਤ ਉੱਠਦੀ, ਉੱਠਣੀ ਹੈ ਹੋਰ ਕੀ ਹੋਵੇਗਾ। ਜੋ ਕੁਝ ਸਹਿਜ ਅਵਸਥਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਹੈ, ਜੋ ਕੁਝ ਗੁਰੂ ਦੇ ਹੁਕਮ ਦੇ ਵਿੱਚ ਸਰਲ ਸਾਧਨਾ ਦਿੱਤੀ ਗੁਰੂ ਸਾਹਿਬ ਨੇ, ਉਹ ਕੋਈ ਹੋਰ ਥੋੜੀ ਬਣਾ ਸਕਦਾ ਨਵਾਂ। ਠੀਕ ਹੈ, ਚਾਰ ਦਿਨ ਆਪਣਾ ਨਾਂ ਚਮਕਾਏ, ਇਹ ਜਦੋਂ ਬਹਿੰਦਾ 20 ਸਾਲ ਗੁਜ਼ਰ ਗਏ। ਕਹਿੰਦੇ ਨੇ ਰੱਬ ਨੂੰ ਜਦੋਂ ਕਿਸੇ ਜਗਿਆਸੂ ਤੇ ਤਰਸ ਆਉਂਦਾ ਹੈ ਤੇ ਉਹਦੇ ਕੋਲ ਕਿਸੇ ਨਾ ਕਿਸੇ ਰੂਪ ਵਿੱਚ ਪਹੁੰਚਦਾ ਹੈ, ਤੇ ਉਹ ਰੂਪ ਹੁੰਦਾ ਕਿਸੇ ਨਾ ਕਿਸੇ ਸਾਧੂ ਦਾ, ਸਾਧਕ ਦਾ। ਇਹਦੇ ਕੋਲ ਇੱਕ ਦਿਨ ਬੈਠਾ ਸੀ ਸਾਹਮਣੇ ਸਾਧੂ ਆ ਕੇ, ਮੈਂ ਗੱਲ ਨੂੰ ਮੁਕਾਵਾਂ, ਅੱਖ ਖੋਲੀ ਸਾਹਮਣੇ ਇੱਕ ਆਦਮੀ 20 ਸਾਲ ਬਾਅਦ ਪਹਿਲੀ ਵਾਰੀ ਵੇਖਿਆ, ਥੋੜਾ ਜਿਹਾ ਤੇ ਮਨ ਨੂੰ ਵੀ ਖੁਸ਼ੀ ਮਿਲੀ 20 ਸਾਲਾਂ ਬਾਅਦ ਆਦਮੀ ਵੇਖਿਆ ਸੀ। ਉਹਨੇ ਪੁੱਛਿਆ ਕਿੱਥੋਂ ਆਏ ਹੋ, ਤੇ ਉਹ ਸਾਧੂ ਕਹਿਣ ਲੱਗਾ, ਸਾਧਕ ਅਭਿਆਸੀ ਕਹਿਣ ਲੱਗਾ, ਮੈਨੂੰ ਬਹੁਤ ਜਲਦੀ, ਮੈਂ ਤੇਰੇ ਕਰਕੇ ਆਇਆ, ਮੇਰੇ ਕੋਲ ਟਾਈਮ ਨਹੀਂ। ਕੀ ਕਰ ਰਿਹਾ, ਕਿਵੇਂ, ਕੁਝ ਨਿਬੜਿਆ 20 ਸਾਲਾਂ ਵਿੱਚ? ਕਹਿੰਦੇ ਨਿਬੜਿਆ ਇਹ ਹੈ ਵੀ ਜਿੰਨਾ ਚਿਰ ਬਹਿਣਾ ਉਹਨਾਂ ਚਿਰ ਦੇਖਣਾ, ਜਦੋਂ ਉੱਠਣਾ ਫਿਰ ਉਸੇ ਤਰ੍ਹਾਂ। ਤੇ ਦੱਸੋ ਕੋਈ ਸਾਧਨ ਕੀ ਕਰਾਂ, ਤੇ ਉਹ ਕਹਿੰਦਾ ਤਿਆਗ ਦੇ, ਤਿਆਗ ਕਰ ਦੇ। ਉਹ ਕਹਿੰਦੇ ਤਿਆਗ ਹੋਰ ਸਵਾਹ ਕਰਾਂ, 20 ਸਾਲ ਤੇ ਹੋ ਗਏ, ਬੰਦਾ ਵੀ ਨਹੀਂ ਵੇਖਿਆ, ਰੋਟੀ ਨਹੀਂ ਖਾਧੀ, ਪੱਤਰ ਖਾ ਰਿਹਾ, ਕੱਪੜੇ ਮੇਰੇ ਕੋਲ ਕੋਈ ਨਹੀਂ, ਮਹਿਲ ਮੇਰੇ ਕੋਲ ਕੋਈ ਨਹੀਂ, ਹੋਰ ਕੀ ਤਿਆਗਣਾ, ਦੱਸੋ ਹੋਰ ਕੁਝ। ਕਹਿਣ ਲੱਗੇ ਉਹ ਸਾਧੂ ਸੀ ਪੂਰਾ ਰੱਜਿਆ ਹੋਇਆ ਅੰਦਰੋਂ, ਕਹਿੰਦੇ ਤਿਆਗ ਕਰ। ਹੁਣ ਉਹਨੂੰ ਸਮਝ ਨਹੀਂ ਆਉਂਦੀ, ਉਹਨੇ ਕਿਹਾ ਤਿਆਗ ਕੀ ਕਰਾਂ, ਇੱਕੋ ਹੀ ਤੇ ਹੈ ਝੁੱਗੀ, ਤੋੜ ਕੇ ਨਦੀ ਵਿੱਚ ਸਿੱਟ ਦਿੱਤੀ। ਕਹਿੰਦੇ ਹੁਣ ਦੱਸੋ। ਅਗਲਾ ਦਿਨ ਆਇਆ, ਕਹਿੰਦੇ ਝੁੱਗੀ ਵੀ ਵਗਾ ਦਿੱਤੀ, ਤਿਆਗ ਕਰ ਦਿੱਤਾ। ਉਹਨੇ ਅਗਲੇ ਦਿਨ ਫਿਰ ਕਹਿ ਦਿੱਤਾ, ਕਹਿੰਦੇ ਤਿਆਗ ਕਰ, ਹੁਣ ਕਦਾ ਤਿਆਗ ਕਰਾਂ। ਇੱਕ ਛੋਟੀ ਜਿਹੀ ਉਹਦਾ ਸਾਜ ਸੀ, ਉਹ ਵੀ ਭੰਨ ਕੇ ਵਗਾ ਦਿੱਤਾ। ਅਗਲੇ ਤੀਜੇ ਦਿਨ ਆਇਆ, ਕਹਿੰਦੇ ਤਿਆਗ ਕਰ, ਜੋ ਵੀ ਛੋਟਾ ਮੋਟਾ ਸਮਾਨ ਬਚਿਆ ਸੀ, ਵਿਛਾਉਣ ਵਾਲਾ ਕੱਪੜਾ, ਹੱਥ ਦਾ ਡੰਡਾ, ਜੋ ਵੀ ਸੀ, ਸਿਰਫ ਇੱਕ ਲੰਗੋਟੀ ਬਚਾ ਕੇ ਸਭ ਦਰਿਆ ਵਿੱਚ ਸਿੱਟ ਦਿੱਤਾ ਤੇ ਅੱਗੇ ਆ ਕੇ ਬੈਠ ਗਿਆ ਤੇ ਕਹਿੰਦਾ ਜੀ ਹੁਣ ਦੱਸੋ ਰਾਹ। ਕਹਿੰਦੇ ਤਿਆਗ ਕਰ, ਫਿਰ ਤਿਆਗ ਕਰ। ਹੁਣ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਤਗ ਤਿਆਗਣਾ ਹੈ ਕੀ ਹੈ, ਇਹ ਸਮੱਸਿਆ ਸਾਰੇ ਸਾਧਕਾਂ ਦੀ। ਇਹ ਤਾਂ ਤਿਆਗਣਾ ਸੌਖਾ ਹੈ, ਜੋ ਸਾਹਮਣੇ ਸਾਹਮਣੇ ਖਾਣ ਵਾਲੀਆਂ ਚੀਜ਼ਾਂ ਤਿਆਗ ਦਿੱਤੀਆਂ, ਪਾਉਣ ਵਾਲੀਆਂ ਤਿਆਗ ਦਿੱਤੀਆਂ, ਚੰਗੀਆਂ ਨੇ, ਤਿਆਗ ਦੇਣਾ ਚਾਹੀਦਾ। ਪਰ ਜਿਹੜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਕਹੀ ਸੀ, ਜਦੋਂ ਅੱਗੇ ਆ ਕੇ ਬੈਠਾ ਨਾ ਤੇ ਸਾਧੂ ਫਿਰ ਕਹਿੰਦਾ ਤਿਆਗ ਕਰ, ਉਹਨੂੰ ਗੁੱਸਾ ਆਇਆ, ਉਹਨੇ ਲੱਕੜਾਂ ਇਕੱਠੀਆਂ ਕਰਕੇ ਤਿਆਰੀ ਕਰ ਲਈ। ਹੁਣ ਕਹਿੰਦੇ ਬਾਕੀ ਤੇ ਬਚਿਆ ਕੁਝ ਨਹੀਂ, ਸਰੀਰ ਹੀ ਹੈ, ਇਹਨੂੰ ਤਿਆਗ ਦੇਣੇ। ਚਿਖਾ ਵਿੱਚ ਅੱਗ ਬਾਲ ਕੇ ਜਦੋਂ ਛਾਲ ਮਾਰਨ ਲੱਗਾ ਤੇ ਉੱਠ ਕੇ ਉਹ ਸਾਧੂ ਨੇ ਬਾਹ ਫੜ ਲਈ, ਕਹਿੰਦੇ ਰੁਕ ਜਾ, ਕਹਿੰਦੇ ਆਪ ਹੀ ਤੇ ਕਹਿੰਦੇ ਉਹ ਤਿਆਗ ਕਰ ਤੇ ਮੈਂ ਸਰੀਰ ਦਾ ਤਿਆਗ ਕਰਨ ਲੱਗਾ। ਤੇ ਉਹ ਸਾਧੂ ਕਹਿੰਦਾ ਵੀ ਸਰੀਰ ਦੇ ਸੜਨ ਤੇ ਬਾਅਦ, ਸਰੀਰ ਦੇ ਤਿਆਗਣ ਤੋਂ ਬਾਅਦ ਵੀ ਕੁਝ ਬਚ ਜਾਣਾ ਜਿਹੜਾ ਤੇਰੇ ਤੋਂ ਤਿਆਗਿਆ ਨਹੀਂ ਜਾਣਾ। ਉਹ ਕਾਹਦਾ? ਉਹ ਤੇਰਾ ਮਾਣ, ਉਹ ਤੇਰਾ ਹੰਕਾਰ। ਤੂੰ ਅਜੇ ਜਪ ਤਪ ਦਾ ਹੰਕਾਰ ਵੀ ਨਹੀਂ ਛੱਡਿਆ, ਉੱਥੇ ਤੇ ਇਹ ਵੀ ਹੰਕਾਰ ਨਹੀਂ ਚੱਲਦਾ, ਬਾਕੀ ਦਾ ਹੰਕਾਰ ਕਿੱਥੋਂ ਚੱਲੇਗਾ? ਅਸੀਂ ਤੇ ਬੁੱਧੀ ਦੇ ਕੈਦ ਵਿੱਚ ਫਸੇ ਹੋਏ, ਅਸੀਂ ਤੇ ਅੱਖਰਾਂ ਦੀ ਕੈਦ ਵਿੱਚ ਫਸੇ ਹੋਏ। ਬੜਾ ਤਰਸ ਆਉਂਦਾ ਜਦੋਂ 20-20 ਸਾਲ ਬੰਦਾ ਸੁਣਨ ਤੋਂ ਬਾਅਦ ਫਿਰ ਛੋਟੀਆਂ ਛੋਟੀਆਂ ਗੱਲਾਂ ਵਿੱਚ ਫਸਿਆ ਰਹਿੰਦਾ, ਕੁਝ ਵੀ ਛੱਡ ਨਹੀਂ ਸਕਦਾ, ਅੱਗੇ ਨਿਕਲ ਨਹੀਂ ਸਕਦਾ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਹਿੰਦੇ ਨੇ, ਪੜ੍ਹੀਏ ਪਿਆਰ ਦੇ ਨਾਲ, ਤਿਆਗਣ ਵਾਲੀ ਚੀਜ਼ ਕਿਹੜੀ ਹੈ?
ਸਾਧੂ ਮਨ ਕਾ ਮਾਨ ਤਿਆਗੂ, ਸਾਧੂ ਮਨ ਕਾ ਮਾਨ ਤਿਆਗੂ, ਸਾਧੂ ਮਨ ਕਾ। ਸਾਰੇ ਪੜੋ ਸਾਰੇ, ਸਾਧੂ ਮਨ ਕਾ ਮਾਨ ਤਿਆਗੋ, ਸਾਧੂ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਅਹਿਨਿਸ ਭਾਗੋ, ਤਾਂ ਤੇ ਅਹਿਨਿਸ ਭਾਗੋ, ਤਾਂ ਤੇ ਅਹਿਨਿਸ ਭਾਗੋ, ਸਾਧੂ ਮਨ ਕਾ ਮਾਨ ਤਿਆਗੋ, ਸਾਧੂ ਮਨ ਕਾ ਮਾਨ ਤਿਆਗੋ, ਵਡਹੰਸ ਕਿਸ ਨੂੰ ਕਿਹਾ ਹੈ ਜਿਹਦੇ ਵਿੱਚ ਇੰਨੀ ਬਰੀਕੀ ਆ ਗਈ ਕਿ ਉਹ ਝੂਠ ਤੇ ਸੱਚ ਨੂੰ ਵੱਖਰਾ ਕਰਨ ਵਿੱਚ ਇੱਕਦਮ ਸਮਰੱਥ ਹੋ ਗਿਆ, ਉਹਨੂੰ ਸਮਝਾਉਣ ਦੀ ਜ਼ਰੂਰਤ ਨਹੀਂ। ਉਹ ਵਡਹੰਸ ਹੈ, ਉਹਦੀ ਸੁਰਤ ਰੂਪੀ ਚੁੰਝ ਦੇ ਵਿੱਚ ਇਹ ਸ਼ਕਤੀ ਆ ਗਈ ਕਿ ਜਿਉਂ ਹੀ ਸੰਸਾਰ ਦੇ ਵਿੱਚ ਪੈਰ ਰੱਖਦਾ ਹੈ, ਸੰਸਾਰ ਦੇ ਝੂਠ ਤੇ ਸੱਚ ਨੂੰ ਵੱਖਰਾ ਕਰ ਲੈਂਦਾ ਹੈ। ਝੂਠ ਕੀ ਏ, ਸੱਚ ਕੀ ਏ, ਮੇਰਾ ਕੀ ਹੈ ਤੇ ਮੇਰਾ ਕੀ ਨਹੀਂ, ਇਹ ਉਹਦੇ ਸਾਹਮਣੇ ਬਿਲਕੁਲ ਸਾਫ਼ ਹੋ ਜਾਂਦਾ ਹੈ। ਇਸ ਕਰਕੇ ਹੁਣ ਉਹਨੂੰ ਤਿਆਗਣ ਦੀ ਲੋੜ ਵੀ ਨਹੀਂ ਰਹਿੰਦੀ, ਤਿਆਗ ਦੀ ਲੋੜ ਵੀ ਖਤਮ ਹੋ ਗਈ, ਕਿਉਂਕਿ ਜੋ ਉਹਦਾ ਹੈ ਹੀ ਨਹੀਂ ਉਹਨੂੰ ਤਿਆਗਣਾ ਵੀ ਕੀ ਏ। ਆਹ ਕਿੰਨੀਆਂ ਚੀਜ਼ਾਂ ਨੇ ਅਸੀਂ ਲੰਘ ਕੇ ਆਏ ਹਾਂ, ਕਿੰਨੇ ਮਕਾਨ, ਕਿੰਨੇ ਘਰ, ਕਿੰਨੀਆਂ ਗੱਡੀਆਂ, ਉਹਨਾਂ ਨੂੰ ਤਿਆਗਣ ਦੀ ਲੋੜ ਹੀ ਨਹੀਂ ਸਨ। ਕਿਉਂ ਨਹੀਂ ਲੋੜ? ਤਿਆਗਣ ਦੀ ਲੋੜ ਤਾਂ ਨਹੀਂ ਕਿਉਂਕਿ ਸਾਨੂੰ ਪਤਾ ਵੀ ਉਹ ਸਾਡੇ ਨਹੀਂ ਹਨ, ਇਸ ਲਈ ਉੱਥੇ ਤਿਆਗ ਦੀ ਲੋੜ ਵੀ ਖਤਮ ਹੋ ਗਈ। ਉਸ ਦੁਨੀਆਂ ਵਿੱਚ ਜਾ ਉਹਨੂੰ ਤਿਆਗਣਾ ਪਏਗਾ ਹੀ ਨਹੀਂ। ਤਿਆਗ ਉਸ ਚੀਜ਼ ਨੂੰ ਨਹੀਂ ਸਕਦਾ ਮਨੁੱਖ ਜਿਹਦਾ ਉਹਨੂੰ ਭਰਮ ਰਹਿੰਦਾ ਕਿ ਉਹ ਮੇਰੀ ਹੈ, ਜੋ ਮੇਰੀ ਚੀਜ਼ ਹੈ, ਜੋ ਮੇਰੀ ਵਸਤੂ ਹੈ। ਤੇ ਜਦੋਂ ਤਾਂ ਹੀ ਤੇ ਗੁਰੂ ਸਾਹਿਬ ਨੇ ਕਿਹਾ ਵੀ ਤਿੰਨ ਚੀਜ਼ਾਂ ਮੈਨੂੰ ਦੇ ਦੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਆਂ ਪਾਈਏ। ਕਹਿੰਦੇ ਜਦੋਂ ਇਹ ਤੇਰੀਆਂ ਰਹਿਣਗੀਆਂ ਨਾ, ਫਿਰ ਤੂੰ ਤਿਆਗ ਤੋਂ ਵੀ ਅੱਗੇ ਚਲਾ ਜਾਏਗਾ। ਤਿਆਗ ਤੋਂ ਅੱਗੇ ਪ੍ਰੇਮ ਸ਼ੁਰੂ ਹੁੰਦਾ ਹੈ, ਪਹਿਲਾਂ ਪ੍ਰੇਮ ਨਹੀਂ, ਅਜੇ ਤਿਆਗ ਤੇ ਆਇਆ ਨਹੀਂ, ਪ੍ਰੇਮ ਕਿੱਥੋਂ ਆ ਜਾਣਾ। ਇਸ ਕਰਕੇ ਉਹਨੂੰ ਛੱਡਣ ਦੀ ਵੀ ਲੋੜ ਨਾ ਪਈ, ਕਿਉਂਕਿ ਛੱਡਣ ਦੇ ਨਾਲ ਵੀ ਜਾਂ ਹੰਕਾਰ ਪੈਦਾ ਹੋਵੇਗਾ, ਜਾਂ ਅੰਦਰ ਮਨ ਦੇ ਵਿੱਚ ਇੱਕ ਵੱਜ ਜਿਹੀ, ਇੱਕ ਸਾੜਾ ਜਿਹਾ ਪੈਦਾ ਹੋਏਗਾ ਵੀ ਛੱਡਣਾ ਪਿਆ, ਹੁਣ ਕੀ ਕਰੀਏ, ਛੱਡ ਨਹੀਂ ਸਕੇਗਾ। ਇਸ ਕਰਕੇ ਉਹ ਛੁੱਟ ਜਾਏਗਾ। ਤਾਂ ਉਹ ਵਡਹੰਸ ਹੈ ਜਿਹਨੂੰ ਦੋ ਗੱਲਾਂ ਦੀ ਸਮਝ ਆ ਗਈ ਕਿ ਇੱਥੇ ਮੇਰਾ ਕੀ ਹੈ ਤੇ ਇੱਥੇ ਮੇਰਾ ਕੀ ਨਹੀਂ ਹੈ। ਹੁਣ ਉਹ ਆਪਣੇ ਆਪ ਉਸ ਚੀਜ਼ ਨੂੰ ਇਕੱਤਰ ਕਰਦਾ ਹੈ, ਇਕੱਠੀ ਕਰਦਾ ਹੈ, ਜਿਹਨੂੰ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਸੱਚ ਸੰਗ੍ਰਹਿ, ਉਸ ਚੀਜ਼ ਨੂੰ ਪੱਲੇ ਬੰਨਣ ਲੱਗ ਪੈਂਦਾ ਜੋ ਉਹਦੀ ਨਿਧੀ ਤੇ ਕਦੀ ਗੁਆਚਣ ਵਾਲੀ ਨਹੀਂ, ਜੋ ਉਹਦਾ ਸੰਗ ਸਾਥ ਨਿਭਾਉਣ ਵਾਲੀ ਹੈ, ਤੇ ਜਿਹੜੀ ਵਸਤੂ ਸਿਰਫ ਉਹ ਸੰਸਾਰ ਦੀ, ਜਿਹਦੇ ਨਾਲ ਸਿਰਫ ਕੰਮ ਚਲਾਉਣਾ ਹੈ, ਸਮਾਂ ਪਾਸ ਕਰਨਾ, ਉਹਦੇ ਵਾਸਤੇ ਕੰਮ ਜ਼ਰੂਰ ਕਰਦਾ ਹੈ ਸੰਸਾਰ ਦੇ ਵਿੱਚ। ਸੰਸਾਰ ਨੂੰ ਤਿਆਗਦਾ ਨਹੀਂ, ਪਰ ਉਹਨੂੰ ਪਤਾ ਹੈ
ਇੱਥੇ ਜਿੰਨੀਆਂ ਵਸਤੂਆਂ ਨੇ, ਜਿੰਨੇ ਸਾਧਨ ਨੇ, ਮੇਰੇ ਤੋਂ ਪਹਿਲਾਂ ਆਉਣ ਵਾਲੇ ਲੋਕਾਂ ਨੇ ਸਰੀਰ ਦੀ ਜਿਹੜੀ ਸੀ ਪਰਵਰਿਸ਼ ਕਰਨ ਵਾਸਤੇ ਇਹਨਾਂ ਦੀ ਵਰਤੋਂ ਕੀਤੀ ਹੈ, ਹੁਣ ਮੈਨੂੰ ਵੀ ਕਰਨੀ ਪੈਣੀ। ਇਸ ਕਰਕੇ ਕਿਰਤ ਵੀ ਕਰਦਾ, ਕੰਮ ਵੀ ਕਰਦਾ, ਪਦਾਰਥ ਦੇ ਵਿੱਚ ਰਹਿੰਦਾ, ਧਨ ਦੇ ਵਿੱਚ ਵੀ ਰਹਿੰਦਾ, ਪਰ ਧਨ ਨੂੰ ਸਿਰਫ ਇਹ ਸਮਝਦਾ ਕਿ ਉਹ ਮੇਰੇ ਸਰੀਰ ਦਾ ਇੱਕ ਗੁਜਰਾਨ ਹੈ, ਮੇਰੇ ਸਰੀਰ ਦੀ ਇੱਕ ਸਿਰਫ ਵਕਤੀ ਲੋੜ ਹੈ, ਪਰ ਜਿਹੜੀ ਉਹਦੀ ਅਸਲੀਅਤ ਪੂੰਜੀ ਹੈ, ਨਾਮ ਦਾ ਧਨ ਹੈ, ਉਹਨੂੰ ਇਕੱਠਾ ਕਰਦਾ। ਉਹਦੇ ਸੰਬੰਧ ਵਿੱਚ ਹੀ ਉਸ ਬਿਰਤੀ ਦਾ ਜ਼ਿਕਰ ਅੱਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਦੇ ਵਿੱਚ ਇਹ ਅੰਮ੍ਰਿਤ ਵਚਨ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕਰ ਰਹੇ ਹਨ। ਬਣਾ ਸਕੇ ਵਾਰ ਮਹਲਾ ਚੌਥਾ ਲਲਾ ਬਹਿਲ ਮਾ ਕੇ ਧੁਨ ਗਾਵਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਵਡਹੰਸ ਕੀ ਵਾਰ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਆਈਆਂ, ਉਹਨਾਂ ਵਿੱਚੋਂ ਇੱਕ ਵਾਰ ਇਹ ਵਡਹੰਸ ਕੀ ਵਾਰ ਹੈ, ਗੁਰੂ ਰਾਮਦਾਸ ਜੀ ਨੇ ਉਚਾਰੀ ਹੈ। ਔਰ ਲੱਲਾ ਬਹਿਲੀਮਾ ਕੀ ਧੁਨੀ, ਇਹ ਜਿਹੜੀਆਂ 9 ਧੁਨੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜਿਵੇਂ ਆਸਾ ਦੀ ਵਾਰ ਵਿੱਚ ਟੂੰਡੇ ਅਸਰਾਜੇ ਕੀ ਧੁਨੀ ਗਾਵਣਾ, ਇਹ 9 ਧੁਨੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚੜਾਈਆਂ, ਕਿਉਂਕਿ ਵਾਰਾਂ ਦਾ ਸੰਬੰਧ ਢਾਡੀ ਕਲਾ ਨਾਲ ਹੈ। ਵਾਰ ਜਿਹੜੀ ਹੈ ਇਹਦਾ ਸੰਬੰਧ ਢਾਡੀ ਨਾਲ, ਢਾਡੀ ਕਲਾ ਦੇ ਨਾਲ ਸੰਬੰਧਿਤ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਬੜਾ ਵੱਡਾ ਮਨੋਵਿਗਿਆਨ ਵਰਤਿਆ, ਕਿਉਂਕਿ ਜਿਹੜੀ ਰਬਾਬ ਹੈ ਨਾ ਉਹ ਅੰਦਰੋਂ ਹਿਰਦੇ ਨੂੰ ਜਗਾਉਂਦੀ, ਮਨੁੱਖ ਦੇ ਪ੍ਰੇਮ ਨੂੰ, ਰਬਾਬ ਦੇ ਨਾਲ ਪ੍ਰੇਮ ਜਾਗੇਗਾ। ਪਰ ਦਿਮਾਗ ਦੇ ਵਿੱਚ ਜਿਹੜੀਆਂ ਨਾੜੀਆਂ, ਕਿਉਂਕਿ ਸਾਡਾ ਜਿਹੜਾ ਦਿਮਾਗ ਹੈ ਜਾਂ ਸਾਡਾ ਸਿਰ ਹੈ, ਇਹਦੇ ਵਿੱਚ ਬੜਾ ਵੱਡਾ ਇੱਕ ਜੰਕਸ਼ਨ, ਬੜਾ ਵੱਡਾ ਤੰਤਰ ਲੱਗਾ ਹੋਇਆ, ਵੱਖਰੇ ਵੱਖਰੀਆਂ ਚੀਜ਼ਾਂ ਦੇ ਨਾਲ ਵੱਖਰੀਆਂ ਵੱਖਰੀਆਂ ਚੀਜ਼ਾਂ ਜਾਗਦੀਆਂ। ਕੁਝ ਰਾਗ ਐਸੇ ਨੇ ਜਿਨ੍ਹਾਂ ਨਾਲ ਦਿਮਾਗ ਵਿੱਚ ਉਹ ਨਾੜੀਆਂ ਹਰਕਤ ਕਰਦੀਆਂ ਨੇ ਜਿਨ੍ਹਾਂ ਦਾ ਸੰਬੰਧ ਕਾਮ ਨਾਲ ਹੈ, ਵਾਸਨਾ ਨਾਲ। ਕੁਝ ਰਾਗ ਐਸੇ ਨੇ, ਕੁਝ ਸਾਜ ਐਸੇ ਨੇ, ਕੁਝ ਰਾਗ ਐਸੇ ਨੇ ਜਿਨ੍ਹਾਂ ਦੇ ਨਾਲ ਲੋਭ ਵੱਧਦਾ ਹੈ, ਸਾਰੇ ਰਾਗ। ਕੁਝ ਰਾਗ ਐਸੇ ਨੇ ਜਿਨ੍ਹਾਂ ਨਾਲ ਤੀਬਰਤਾ ਆਉਂਦੀ ਮਨ ਵਿੱਚ, ਤੇਜ਼ ਹੁੰਦਾ ਮਨ। ਕੁਝ ਰਾਗ ਐਸੇ ਨੇ ਜਿਨ੍ਹਾਂ ਦੇ ਨਾਲ ਮਨ ਸ਼ਾਂਤ ਹੁੰਦਾ ਹੈ, ਟਿਕਦਾ ਹੈ। ਕੁਝ ਰਾਗ ਐਸੇ ਨੇ ਜਿਹੜੇ ਮਨ ਨੂੰ ਸਖਤ ਕਰਦੇ ਨੇ, ਕੁਝ ਸੰਗੀਤ ਐਸੇ ਨੇ ਜਿਹੜੇ ਮਨ ਨੂੰ ਨਰਮ ਕਰ ਜਾਂਦਾ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੇਖਿਆ ਕਿ ਇਹ ਬੰਦਗੀ ਦੀ ਦਾਤ ਤਾਂ ਸਿਖਾ ਦਿੱਤੀ 5 ਜਾਮਿਆਂ ਦੇ ਵਿੱਚ, ਪਰ ਇਹਦੇ ਦਿਮਾਗ ਦੇ ਵਿੱਚ ਪਦਾਰਥ ਨੇ ਉਹਨਾਂ ਨਾੜੀਆਂ ਨੂੰ ਜਿਨ੍ਹਾਂ ਵਿੱਚ ਜੋਸ਼ ਵੱਸਦਾ, ਜਿਨ੍ਹਾਂ ਵਿੱਚ ਸ਼ਕਤੀ, ਜਿਹਦੇ ਵਿੱਚ ਜੂਝਣ ਦੀ ਤਾਕਤ ਹੈ, ਉਹਨਾਂ ਨਾੜੀਆਂ ਨੂੰ ਜਦੋਂ ਵੀ ਕਮਜ਼ੋਰ ਕਰਦਾ ਉਹ ਪਦਾਰਥ ਦਾ ਮੋਹ ਹੈ ਜਿਹੜਾ ਸਾਡੇ ਵਿੱਚ ਅੱਜ ਆ ਗਿਆ। ਜਿਹੜੀਆਂ ਸਾਡੀਆਂ ਉਹ ਨਾੜੀਆਂ ਨੇ ਜਿਨ੍ਹਾਂ ਦੇ ਵਿੱਚ ਜੋਸ਼ ਪੈਦਾ ਹੁੰਦਾ, ਉਹਨਾਂ ਨੂੰ ਮਾਰ ਦਿੱਤਾ ਸਾਡੀ ਮਾਇਆ ਨੇ ਤੇ ਪ੍ਰਾਪਰਟੀ ਨੇ, ਉਹਦੇ ਵਿੱਚ ਫਸ ਗਈ। ਆ ਕਿਉਂ ਨਹੀਂ ਕੁਝ ਹੋ ਰਿਹਾ, ਕੀ ਕਾਰਨ ਹੈ? ਇਹਦਾ ਕੁਝ ਨਾ ਹੋਣ ਦਾ ਕਾਰਨ ਸਾਡੇ ਅੱਗੇ ਤੁਰਨ ਵਾਲੇ ਲੋਕ ਮਾਇਆ ਵਿੱਚ ਫਸੇ ਹੋਏ ਨੇ, ਉਹਨਾਂ ਦਾ ਕੰਮ ਆਪਣੀਆਂ ਪ੍ਰਾਪਰਟੀਆਂ ਬਣਾਉਣਾ ਹੈ, ਨਾ ਕਿ ਕੋਈ ਚੀਜ਼ ਹੱਲ ਕਰ ਦੇਣਾ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਜੁਗਤ ਵਰਤੀ ਕਿ ਮਨੁੱਖੀ ਦਿਮਾਗ ਦੀਆਂ ਉਹਨਾਂ ਨਾੜੀਆਂ ਨੂੰ ਜਗਾਉਣ ਵਾਸਤੇ ਇੱਕ ਸਾਜ਼ ਹੈ, ਉਹਨੂੰ ਕਹਿੰਦੇ ਨੇ ਸਰੰਗੀ, ਸਰੰਗੀ ਦੀ ਵਰਤੋਂ ਕੀਤੀ।
ਤੇ ਢਾਡੀਆਂ ਦੀ ਵਰਤੋਂ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਨੌ ਧੁਨੀਆਂ ਤਾਂ ਇਹ ਪੈਦਾ ਕੀਤੀਆਂ ਨੇ ਕਿਉਂਕਿ ਨੌ ਦੁਆਰੇ ਪ੍ਰਗਟ ਕੀਏ, ਦਸਵੀਂ ਧੁਨੀ ਨੇ ਲਿਖੇ। ਗੁਰੂ ਸਾਹਿਬ ਨੇ ਕਿਹਾ ਵੀ ਸਿੱਖ ਦਾ ਜੇ ਦਸਵੇਂ ਦੇ ਨਾਲ ਸੰਬੰਧ ਹੈ ਨਾ, ਸਿਮਰਨ ਦੇ ਨਾਲ, ਧਿਆਨ ਦੇ ਨਾਲ, ਅੰਤਰਮੁਖੀ ਸੰਬੰਧ ਹੈ, ਤੇ ਉਹਨੇ ਬਾਹਰਮੁਖੀ ਵੀ ਰਹਿਣਾ ਹੈ। ਉਹਦੀਆਂ ਨੌ ਦਰਵਾਜ਼ੇ ਜਿਹੜੇ ਉਹ ਵੀ ਕਾਇਮ ਰਹਿਣੇ ਚਾਹੀਦੇ, ਉਹਨਾਂ ਵਿੱਚ ਵੀ ਸ਼ਕਤੀ ਚਾਹੀਦੀ। ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਇਸ ਕਰਕੇ ਨੌ ਧੁਨੀਆਂ ਚੜਾ ਕੇ ਬਾਹਰਮੁਖੀ ਸੰਸਾਰ ਦੇ ਬਾਰੇ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਇਹਦੇ ਵਿੱਚ ਵੀ ਸ਼ਕਤੀ ਆਉਣੀ ਚਾਹੀਦੀ, ਬਾਹਰਮੁਖੀ ਤੇਰੇ ਵੇਖਣ ਵਿੱਚ, ਸੁਣਨ ਵਿੱਚ, ਬੋਲਣ ਵਿੱਚ। ਇਸ ਕਰਕੇ ਉਹਨਾਂ ਵਿੱਚ ਜੋਸ਼ ਭਰਨ ਵਾਸਤੇ, ਮਨੁੱਖ ਦੀ ਅੰਦਰਲੀ ਜਿਹੜੀ ਕਾਇਰਤਾ ਸੀ ਉਹਨੂੰ ਖਤਮ ਕਰਨ ਵਾਸਤੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਢਾਡੀ ਕਲਾ ਪਾ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਕੱਲਾ ਅਧਿਆਤਮਕ ਗੁਰੂ ਨੇ, ਇਹ ਨਹੀਂ ਕਹਿ ਸਕਦੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਮਾਜਿਕ ਗੱਲ ਵੀ ਕਰਦੇ ਨੇ, ਪਰਿਵਾਰਕ ਵੀ ਕਰਦੇ ਨੇ, ਤੇ ਹੱਕਾਂ ਦੀ ਗੱਲ ਵੀ ਕਰਦੇ ਨੇ, ਸੱਚਾਈ ਦੀ ਗੱਲ ਵੀ ਕਰਦੇ ਨੇ, ਅਣਖ ਦੀ ਗੱਲ ਵੀ ਕਰਦੇ ਨੇ, ਹਰ ਇੱਕ ਚੀਜ਼ ਦੀ ਗੱਲ ਕਰਦੇ ਨੇ। ਇਹ ਸਾਡੀ ਆਪਣੀ ਵਿਆਖਿਆ ਹੈ ਵੀ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਇਹਦੇ ਵਿੱਚ ਤੇ ਇਕੱਲੇ ਨਾਮ ਦੀ ਗੱਲ ਨਹੀਂ। ਠੀਕ ਹੈ, ਜ਼ਿਆਦਾਤਰ ਨਾਮ ਦੀ ਗੱਲ ਹੈ, ਪਰਮਾਤਮਾ ਦੀ ਸਿਮਰਨ ਦੀ, ਪਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨੌ ਧੁਨੀਆਂ ਚੜਾ ਕੇ, ਜਿਨ੍ਹਾਂ ਵਿੱਚੋਂ ਇੱਕ ਵਡਹੰਸ ਕੀ ਵਾਰ ਵਿੱਚ ਲੱਲਾ ਬਹਿਲੀਮਾ ਕੀ ਧੁਨੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਦੀ ਝੋਲੀ ਦੇ ਵਿੱਚ ਜਿੱਥੇ ਸਿਮਰਨ ਪਾਇਆ ਹੈ ਉੱਥੇ ਨਾਲ ਨਾਲ ਜੋਸ਼ ਵੀ ਪੈਦਾ ਕੀਤਾ ਹੈ। ਇਸ ਕਰਕੇ ਇਸ ਵਾਰ ਵਿੱਚ ਜੋ ਵਡਹੰਸ ਕੀ ਵਾਰ ਹੈ ਔਰ ਇਹਦਾ ਪ੍ਰਯੋਜਨ ਕੀ ਹੈ ਇਸ ਵਾਰ ਦਾ, ਇੱਕ ਅਕਾਲ ਪੁਰਖ ਵਾਹਿਗੁਰੂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੋ ਪੂਰੇ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਉਹਦੇ ਨਾਲ ਸੰਬੰਧ ਬਣ ਸਕਦਾ ਹੈ, ਇਸ ਵਾਰ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਲੋਕ ਮਹਲਾ ਤੀਜਾ, ਸਬਦ ਰਤੇ ਵਡਾਸ ਹੈ ਸੱਚ ਨਾਮ ਉਰ ਧਾਰ। ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਤੀਸਰੇ ਪਾਤਸ਼ਾਹ ਕਹਿਣ ਲੱਗੇ ਸ਼ਬਦ ਰਤੇ ਵਡਹੰਸ ਹੈ। ਵਡਹੰਸ ਕਿਵੇਂ ਬਣੀਦਾ ਹੈ? ਜਿਹਦੀ ਆਪਾਂ ਪਹਿਲਾਂ ਵਿਆਖਿਆ ਕੀਤੀ, ਜੋ ਸੱਚ ਤੇ ਝੂਠ ਨੂੰ ਨਿਖੇੜ ਲੈਂਦਾ ਹੈ, ਉਹ ਕਿਹੜੀ ਚੀਜ਼ ਨਾਲ ਬਣਦਾ? ਸ਼ਬਦ ਦੇ ਨਾਲ ਰਤੇ ਹੋ ਰੰਗੇ ਜਾ, ਨਾਮ ਦੇ ਨਾਲ ਜਦੋਂ ਜੀਵਨ ਰੰਗਿਆ ਜਾਂਦਾ ਹੈ, ਗੁਰਬਾਣੀ ਦੇ ਨਾਲ ਜਦੋਂ ਜੀਵਨ ਰੰਗਿਆ ਜਾਂਦਾ ਹੈ, ਜਦੋਂ ਸਿੱਖ ਸ਼ਬਦ ਦਾ ਅਭਿਆਸ ਕਰਦਾ ਹੈ, ਸ਼ਬਦ ਨੂੰ ਉਚਾਰਦਾ ਹੈ ਰਸਨਾ ਦੇ ਨਾਲ, ਉਹ ਗੁਰੂ ਕਾ ਸ਼ਬਦ, ਉਹ ਨਾਮ, ਉਹ ਗੁਰਬਾਣੀ ਸਹਿਜੇ ਸਹਿਜੇ ਉਹ ਰਸਨਾ ਤੋਂ ਉਤਰ ਕੇ ਉਹਦੇ ਹਿਰਦੇ ਵਿੱਚ ਵਸਣੀ ਸ਼ੁਰੂ ਹੋ ਜਾਂਦੀ, ਇੱਕ ਸਰੂਪ ਸੰਗੀਤ ਦਾ ਬਣ ਜਾਂਦਾ ਉਹਦੇ ਅੰਦਰ। ਲਗਾਤਾਰ ਉਹ ਸ਼ਬਦ ਉਹਨੂੰ ਤਾਕਤ ਦਿੰਦਾ, ਉਹਨੂੰ ਅੰਦਰੋਂ ਉਠਾ ਦਿੰਦਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਦਿੱਤਾ ਹੋਇਆ ਗਿਆਨ ਉਹਦੇ ਵਿੱਚ ਵਸ ਕੇ ਉਹਦੇ ਅੰਦਰਲੇ ਬਗਲੇ ਨੂੰ ਖਤਮ ਕਰ ਦਿੰਦਾ ਹੈ ਤੇ ਉਹਦੇ ਅੰਦਰਲੇ ਨੂੰ ਸ਼ੁੱਧ ਕਰਕੇ ਹੰਸ ਕਰ ਦਿੰਦਾ ਹੈ। ਕਿਉਂਕਿ ਦੋ ਤਿੰਨ ਨਾਂ ਲਏ ਨੇ, ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ, ਜਿਹੜੇ ਸਾਡੇ ਅੰਦਰ ਸੁਰਤੀ ਹੈ ਉਹ ਦੋ ਰੂਪ ਧਾਰਨ ਕਰ ਸਕਦੀ ਹੈ, ਕਾਂ ਵੀ ਬਣ ਸਕਦੀ, ਹੰਸ ਵੀ ਬਣ ਸਕਦੀ। ਇਹ ਕੌਵਾ ਬਿਰਤੀ ਹੈ, ਕਾਂ ਦੀ ਬਿਰਤੀ ਕੀ, ਉਹ ਗੰਦਗੀ ਖਾਏਗਾ। ਜੇ ਬਿਰਤੀ ਦੇ ਵਿੱਚ ਇਕੱਲਾ ਹੀ ਸੰਸਾਰ ਹੈ ਸਿਰਫ,
ਤਾਂ ਉਹਨੂੰ ਗੁਰੂ ਸਾਹਿਬ ਨੇ ਕਿਹਾ ਇਹਦਾ ਹੰਸ ਜਿਹੜਾ ਸੀ ਉਹ ਕਾਂ ਬਣ ਗਿਆ। ਇੱਕ ਥਾਂ ਤੇ ਹੋਰ ਵੀ ਉਦਾਹਰਣ ਦਿੱਤੀ ਸਤਿਗੁਰੂ ਜੀ ਦੇ ਬਚਨ ਨੇ, ਜਿਹਦੇ ਵਿੱਚ ਉਹਨਾਂ ਨੇ ਉਸ ਥਾਂ ਦਾ ਜ਼ਿਕਰ ਕੀਤਾ ਜਿੱਥੋਂ ਬਦਬੂ ਆਉਂਦੀ, ਜਿੱਥੇ ਹੱਡੀਆਂ ਖਿਲਰੀਆਂ ਹੋਈਆਂ ਨੇ, ਪਸ਼ੂਆਂ ਦੀ ਖੱਲ ਲਾਈ ਜਾਂਦੀ, ਹੱਡੋ ਰੋੜਾ ਜਿਹਨੂੰ ਕਹਿੰਦੇ। ਉਹ ਕਹਿੰਦੇ ਨੇ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਹੰਸ ਕਰੰਗ ਖਾਣ ਲੱਗ ਪਿਆ। ਇਹ ਸਭ ਤੋਂ ਵੱਡੀ ਮਰਿਆਦਾ ਦੀ ਉਲੰਘਣਾ ਹੋਈ ਜੀਵਨ ਦੇ ਵਿੱਚ। ਸੌ ਉਲਾਮੇ ਦਿਨੇ ਕੇ ਰਾਤੀ ਮਿਲਣ ਸਾਹਸ। ਕਈ ਵਾਰੀ ਇਹ ਜਿਹੜੇ ਉਪਦੇਸ਼ ਨੇ, ਜਿੰਨਾ ਚਿਰ ਸਾਡੀ ਬੁੱਧੀ ਵਿੱਚ ਸਿਰਫ ਸੰਸਾਰ ਦੀ ਖਿੱਚ ਵੱਧ ਹੈ ਤੇ ਸਾਨੂੰ ਮਾਫਕ ਨਹੀਂ ਆਉਂਦੇ। ਸੱਚਾਈ ਜਾਣੋ, 70% ਗੁਰਦੁਆਰਿਆਂ ਵਿੱਚ ਵੀ ਲੋਕ ਮਾਇਆ ਦੀ ਕਥਾ ਸੁਣਨ ਆਉਂਦੇ ਨੇ। ਜੇ ਤੁਸੀਂ ਉਹਦੇ ਵਿਰੁੱਧ ਬੋਲਦੇ ਹੋ ਉਹਨਾਂ ਨੂੰ ਮਾਫਕ ਨਹੀਂ ਆਉਂਦੇ। ਉਹ ਕਹਿੰਦੇ ਜੀ ਇਹ ਗੱਲਾਂ ਤੇ ਕੁਝ ਸੈੱਟ ਬਹਿੰਦੀਆਂ ਨੇ, ਲਿੰਬਾ ਪੋਚੀ ਨਹੀਂ ਇਹਨਾਂ ਦੇ ਵਿੱਚ। ਗੁਰੂ ਸਾਹਿਬ ਦਾ ਮਤਲਬ ਹੈ ਵੀ ਜਿਹੜਾ ਤੇਰੇ ਅੰਦਰ ਜਿਹੜਾ ਹੰਸ ਹੈ ਨਾ, ਜੇ ਉਹ ਸਿਰਫ ਸੰਸਾਰ ਵਿੱਚ ਫਸਿਆ ਰਿਹਾ ਤੇ ਤੈਨੂੰ 100 ਉਲਾਮੇ ਦਿਨ ਦੇ ਮਿਲਣਗੇ, 100 ਉਲਾਮੇ, ਤੇ ਰਾਤ ਦੇ ਸਹੰਸ ਰਾਤ ਦੇ ਹਜ਼ਾਰਾਂ ਉਲਾਮੇ। 100 ਉਲਾਮੇ ਦਿਨ ਦੇ ਕਿਉਂ ਤੇ ਹਜ਼ਾਰ ਰਾਤ ਦੇ ਕਿਉਂ? ਕਿਉਂਕਿ ਦਿਨੇ ਮਨੁੱਖ ਸਿਰਫ ਕਰਮ ਕਰਦਾ ਹੈ, ਕੰਮ ਕਰਦਾ ਹੈ ਹੱਥਾਂ ਦੇ ਨਾਲ, ਕਰਮ ਦਾ ਜਿਹੜਾ ਪਾਪ ਹੈ ਉਹ ਬੜਾ ਘੱਟ ਹੈ। ਪਰ ਰਾਤ ਦੇ ਹਜ਼ਾਰਾਂ ਉਲਾਮੇ, ਇੱਥੇ ਰਾਤ ਦੇ ਕੀ ਅਰਥ ਨੇ? ਰਾਤ ਦੇ ਅਰਥ ਨੇ ਅੰਮ੍ਰਿਤ ਵੇਲਾ। ਜੇ ਅੰਮ੍ਰਿਤ ਵੇਲਾ ਗੁਰੂ ਸ਼ਬਦ ਵਿੱਚ ਜੁੜਨ ਤੋਂ ਬਿਨਾਂ ਬੀਤ ਗਿਆ ਤੇ ਉਹਦੇ ਉਲਾਮੇ 10 ਗੁਣਾ ਵੱਧ ਗਏ। ਕਿਉਂਕਿ ਰਾਤ ਸ਼ਬਦ ਦੇ ਇੱਥੇ ਅਰਥ ਰਾਤ ਨਹੀਂ ਜਿਹਦੇ ਵਿੱਚ ਆਦਮੀ ਨੀਂਦ ਕਰਦਾ, ਉੱਥੇ ਪਿਛਲ ਰਾਤ ਨਾ ਜਾਗਿਓ ਜੀਵਨ ਦੜੋ ਮੋਏ ਹੋਏ, ਉਸ ਰਾਤ ਦਾ ਜ਼ਿਕਰ ਕੀਤਾ ਗਿਆ ਜਿਹੜਾ ਰਾਤ ਦਾ ਚੌਥਾ ਪੈਰ ਹੈ। ਇੱਕ ਪੈਰ ਅਕਾਲ ਪੁਰਖ ਨੇ ਇਸ ਵਾਸਤੇ ਬਣਾਇਆ ਜਿਹਦੇ ਵਿੱਚ ਮਨੁੱਖ ਹੋਰ ਕੋਈ ਸੰਸਾਰੀ ਕੰਮ ਨਾ ਕਰੇ। ਧਿਆਨ ਦੇਣਾ, ਜੇ ਉਹ ਸੰਸਾਰੀ ਕੰਮ ਕਰਦਾ ਤੇ ਉਲੰਘਣਾ ਕੁਦਰਤ ਦੇ ਨਿਯਮ ਦੀ। ਉਹ ਅੰਮ੍ਰਿਤ ਵੇਲਾ ਇੱਕ 24 ਘੰਟਿਆਂ ਦਾ 1/8 ਹਿੱਸਾ, ਜਿਹੜੇ 2.5 ਘੰਟੇ ਨੇ ਉਹਦੇ ਵਿੱਚ ਜੇ ਕੋਈ ਸੰਸਾਰਿਕ ਕੰਮ ਕਰਦਾ ਤਾਂ ਉਲੰਘਣਾ ਹੈ ਕੁਦਰਤ ਦੀ। ਇਹ ਠੀਕ ਹੈ, ਹੁਣ ਤੁਹਾਡੇ ਵਿੱਚ ਸਵਾਲ ਬਹੁਤ ਜ਼ਿਆਦਾ ਪੈਦਾ ਹੋਣਗੇ ਕਿਉਂਕਿ ਇੱਥੇ ਕੰਮਾਂ ਦਾ ਟਾਈਮ ਇਸ ਤਰ੍ਹਾਂ ਦਾ। ਤਾਂ ਇਹਦੇ ਵਾਸਤੇ ਮੈਂ ਬੇਨਤੀ ਕਰਦਿਆਂ ਇਹ ਰਹਿਤ ਹੀ ਵੀ ਉਹਨਾਂ ਟਾਈਮ ਤੁਸੀਂ ਵੱਖਰਾ ਚੁਣ ਲਓ, ਹੈ ਤੇ ਮਜਬੂਰੀ ਕਿਉਂਕਿ ਕੁਦਰਤ ਇਹਨੂੰ ਮੰਨਦੀ ਨਹੀਂ। ਤੁਸੀਂ ਵੇਖੋ ਜਦੋਂ ਅੰਮ੍ਰਿਤ ਵੇਲਾ ਹੋਵੇਗਾ ਪੰਛੀ ਉਦੋਂ ਜਾਗਣਗੇ, ਇੱਕਦਮ ਜਾਗਣਗੇ ਸਭ। ਜਿੰਨਾ ਚਿਰ ਸੂਰਜ ਨਹੀਂ ਚੜ੍ਹਦਾ ਉਹ ਦਾਣਾ ਨਹੀਂ ਚੁੱਕਦੇ, ਦੌੜਦੇ ਭੱਜਦੇ ਨਹੀਂ, ਉੱਠਦੇ ਨਹੀਂ, ਆਪਣੇ ਸਿਰਫ ਆਲ੍ਹਣਿਆਂ ਵਿੱਚ ਰੁੱਖਾਂ ਵਿੱਚ ਬਹਿ ਕੇ ਕੀ ਕਰਦੇ ਨੇ? ਸਿਰਫ ਗਾਉਂਦੇ ਨੇ, ਉਹਨਾਂ ਦੀ ਆਵਾਜ਼ ਆਏਗੀ ਬੋਲਣ ਦੀ। ਕਈਆਂ ਨੇ ਤਾਂ ਇਹ ਵੀ ਸਿੱਧ ਕਰ ਦਿੱਤਾ ਵੀ ਉਹ ਪਰਮਾਤਮਾ ਨੂੰ ਜਪਦੇ ਨੇ ਆਪਣੀ ਬੋਲੀ ਵਿੱਚ। ਉਸ ਵੇਲੇ ਕੁਝ ਨਹੀਂ ਕਰਨਗੇ ਤੇ ਜਦੋਂ ਰਾਤ ਦਾ ਸੂਰਜ ਡੁੱਬ ਜਾਏਗਾ ਉਹਦੇ ਤੋਂ ਬਾਅਦ ਉਹ ਖਾਣਗੇ ਨਹੀਂ ਤੇ ਉਹਦੇ ਤੋਂ ਬਾਅਦ ਕੰਮ ਨਹੀਂ ਕਰਨਗੇ। ਇਹ ਕੁਦਰਤ ਦਾ ਨਿਯਮ ਸੀ, ਹੁਣ ਆਪਾਂ ਤੈਨੂੰ ਤੋੜ ਹੀ ਦਿੱਤਾ, ਫਾਇਦਾ ਕੋਈ ਨਹੀਂ ਇਸ ਦੀ ਵਿਆਖਿਆ ਕਰਨ ਦਾ ਵੀ ਇਹ ਹੋਣਾ ਚਾਹੀਦਾ, ਇਹਦਾ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਅਸੀਂ ਤੇ ਜਾਗਣੇ ਰਾਤ ਤੋਂ ਸ਼ੁਰੂ ਕਰਨੇ, ਜਦੋਂ ਸੌਣ ਦਾ ਟਾਈਮ ਹੋ ਜਾਂਦਾ ਸਵੇਰੇ ਉੱਠਣਾ ਕਿੱਥੋਂ ਹੈ। ਕੁਦਰਤ ਦਾ ਨਿਯਮ ਵੇਖੋ, ਗੁਰੂ ਸਾਹਿਬ ਜੀ ਕਹਿ ਰਹੇ ਨੇ ਬਾਣੀ ਦੇ ਵਿੱਚ ਕਿ ਜੇ ਤੂੰ ਜਿਉਣਾ ਸਿੱਖਣਾ ਹੈ ਤੇ ਪਰਿੰਦਿਆਂ ਤੋਂ ਸਿੱਖ, ਪੰਛੀਆਂ ਤੋਂ। ਪੁਰਾਤਨ ਮਨੁੱਖ ਇਸੇ ਕਰਕੇ ਹੀ ਰੋਗੀ ਨਹੀਂ ਸੀ, ਇਸੇ ਕਰਕੇ ਸੋਗੀ ਨਹੀਂ ਸੀ,
ਕਿਉਂਕਿ ਉਦੋਂ ਸਾਧਨ ਨਹੀਂ ਸਨ। ਆਮ ਤੌਰ 'ਤੇ ਤੁਸੀਂ ਘਰਾਂ ਵਿੱਚ ਵਹਿੰਦੇ ਹੋਵੋਗੇ, ਉਹਨੂੰ ਕਹਿੰਦੇ ਸਨ ਵੀ ਮੂੰਹ ਹਨੇਰਾ। ਮੂੰਹ ਹਨੇਰੇ ਦੇ ਵਿੱਚ ਪ੍ਰਸ਼ਾਦਾ ਪਾਣੀ ਜਿਹਨੇ ਛਕਣਾ ਸੀ ਉਹ ਛਕ ਲੈਂਦਾ ਸੀ, ਕਿਉਂਕਿ ਬਾਅਦ ਵਿੱਚ ਹਨੇਰਾ ਸੀ। ਅਤੇ ਜਿਹੜੇ ਆਦਮੀ ਨੇ ਸੂਰਜ ਡੁੱਬਦਿਆਂ ਡੁੱਬਦਿਆਂ ਕੁਝ ਨਾ ਕੁਝ ਖਾ ਲਿਆ, ਉਹਨੂੰ ਰੋਗ ਘੱਟ ਲੱਗਦੇ ਨੇ। ਜਿਹੜਾ ਰਾਤ ਦੇ 12 ਵਜੇ ਰੱਜ ਕੇ ਖਾਣਾ ਹੈ, ਸਰੀਰ ਵਿੱਚ ਰੋਗਾਂ ਨੂੰ ਸੱਦਾ ਦੇਣ ਵਾਲੀ ਗੱਲ ਹੈ। ਸਭ ਤੋਂ ਵੱਡੇ ਕਾਰਨ ਹੈ ਬੇਟਾਈਮਾਂ ਖਾਣਾ ਅਤੇ ਬੇਵਕਤ ਦੀ ਨੀਂਦ। ਸੌਣ ਦਾ ਟਾਈਮ ਨਹੀਂ, ਉੱਠਣ ਦਾ ਟਾਈਮ ਨਹੀਂ। ਹਾਂ, ਇਹ ਮੈਂ ਫਿਰ ਵਿੱਚ ਵਿੱਚ ਕਹੀ ਜਾਂਦਾ ਵੀ ਹੁਣ ਇਹਦਾ ਹੱਲ ਕੋਈ ਨਹੀਂ ਰਿਹਾ, ਕਿਉਂਕਿ ਖਲਾਰਾ ਖਿਲਰ ਗਿਆ ਬਹੁਤ ਜ਼ਿਆਦਾ, ਕੁਝ ਨਹੀਂ ਕਰ ਸਕਦਾ। ਇਸੇ ਕਰਕੇ ਭੋਗਣੇ ਪਏਗਾ, ਸਾਰਾ ਕੁਝ ਭੋਗ ਹੀ ਜਾਂਦੇ ਹਾਂ, ਹੋਰ ਭੋਗਣਾ। ਹੋਰ ਕੋਈ ਕਾਰਨ ਨਹੀਂ ਰੋਗਾਂ ਦੇ, ਅਸੀਂ ਕੁਦਰਤ ਨੂੰ ਤੋੜ ਦਿੱਤਾ। ਇਸ ਕਰਕੇ ਸੂਰਜ ਦੇ ਡੁੱਬਦੇ ਹੀ ਪੰਛੀ ਸੌਂਦੇ ਨੇ ਅਤੇ ਖਾਣਾ ਪੀਣਾ ਅਤੇ ਕੰਮ ਬੰਦ ਕਰ ਦਿੰਦੇ ਨੇ, ਅਤੇ ਸੂਰਜ ਉੱਗਣ ਤੋਂ ਇੱਕ ਪੈਰ ਪਹਿਲਾਂ ਉਹ ਜਾਗਦੇ ਨੇ ਅਤੇ ਕੁਝ ਗਾਉਂਦੇ ਨੇ, ਅਤੇ ਜਦੋਂ ਸੂਰਜ ਦੀ ਪਹਿਲੀ ਕਿਰਨ ਨਿਕਲਦੀ ਉਹ ਆਲਣੇ ਵਿੱਚੋਂ ਉੱਡ ਪੈਂਦੇ ਨੇ, ਆਪਣਾ ਭੋਜਨ ਲੱਭਣ ਲਈ, ਖਾਣਾ ਦਾਣਾ ਲੱਭਣ ਲਈ, ਸਭ ਕੁਝ। ਇਸ ਤਰ੍ਹਾਂ ਤੁਸੀਂ ਵੇਖੋਗੇ ਉਹਨਾਂ ਪੰਛੀਆਂ ਦੇ ਵਿੱਚ ਤੁਹਾਨੂੰ ਅੱਜ ਵੀ, ਜਦੋਂ ਕਿ ਅਸੀਂ ਹਵਾ ਵੀ ਖਰਾਬ ਕਰ ਦਿੱਤੀ ਹੈ, ਅਸੀਂ ਪਾਣੀ ਵੀ ਖਰਾਬ ਕਰ ਦਿੱਤਾ, ਅਸੀਂ ਖਾਣਾ ਪੀਣਾ ਵੀ ਖਰਾਬ ਕਰ ਦਿੱਤਾ, ਉਹ ਇਹ ਸਾਰਾ ਕੁਝ ਖਾਂਦੇ ਪੀਂਦੇ ਨੇ, ਪਰ ਇਹਦੇ ਬਾਵਜੂਦ ਵੀ ਉਹ ਅੱਜ ਵੀ ਰੋਗੀ ਨਹੀਂ ਹਨ। ਤੁਸੀਂ ਕਿਸੇ ਪੰਛੀ ਨੂੰ ਵੇਖੋਗੇ ਨਹੀਂ ਇੰਨੇ ਰੋਗੀ, ਕਿਤੇ ਉਹਨਾਂ ਦਾ ਹੋਸਪਿਟਲ ਨਹੀਂ। ਹਾਂ, ਜਿਹੜੇ ਅਸੀਂ ਘਰਾਂ ਵਿੱਚ ਰੱਖੇ ਨੇ ਉਹਨਾਂ ਨੂੰ ਰੋਗ ਜ਼ਰੂਰ ਲੱਗਦਾ ਹੈ, ਕਿਉਂਕਿ ਅਸੀਂ ਆਪਣੀ ਸੰਗਤ ਦੇ ਦਿੱਤੀ ਉਹਨੂੰ। ਆਹ ਜਿਹੜੇ ਹੋਸਪਿਟਲ ਖੁੱਲ੍ਹੇ ਨੇ ਐਨੀਮਲਜ, ਇਹ ਕਿਹਨਾਂ ਵਾਸਤੇ ਨੇ? ਜਿਹੜੇ ਕੁੱਤੇ ਅਸੀਂ ਘਰ ਰੱਖੇ ਨੇ, ਜੰਗਲੀ ਜਾਨਵਰਾਂ ਨੂੰ ਕੋਈ ਰੋਗ ਨਹੀਂ, ਉਹ ਬਿਲਕੁਲ ਅਰੋਗ ਨੇ, ਕਿਉਂਕਿ ਕੁਦਰਤ ਦੇ ਅਨੁਸਾਰ ਜੀ ਰਹੇ ਨੇ। ਅਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜੀ ਮਰਿਆਦਾ ਬਣਾਈ ਹੈ ਖਾਲਸੇ ਦੀ, ਉਹ ਬਿਲਕੁਲ ਕੁਦਰਤੀ ਮਰਿਆਦਾ ਹੈ। ਜਿਵੇਂ ਇੱਕ ਆਮ ਪੰਛੀ ਜੀ ਰਿਹਾ ਹੈ, ਉਸ ਤਰ੍ਹਾਂ ਜਿਉਣਾ, ਪੰਛੀ ਵਾਲਾ ਜੀਵਨ ਹੈ ਉਹਦਾ ਜੀਵਨ, ਉਸ ਮਰਿਆਦਾ ਵਿੱਚ ਸੌਣਾ, ਉੱਠਣਾ, ਖਾਣਾ ਪੀਣਾ, ਰਹਿਣਾ ਸਹਿਣਾ, ਪਰਿਵਾਰਕ ਸੰਬੰਧ ਵੀ ਸਾਰੇ ਪਸ਼ੂਆਂ ਅਤੇ ਪੰਛੀਆਂ ਦੇ ਮਰਿਆਦਾ ਵਿੱਚ ਚੱਲ ਰਹੇ ਨੇ, ਮਨੁੱਖ ਵਾਂਗੂ ਬੇਮਰਿਆਦਾ ਵਿੱਚ ਨਹੀਂ। ਉਹਨਾਂ ਦਾ ਕੋਈ ਬਿਊਟੀ ਪਾਰਲਰ ਨਹੀਂ, ਉਹਨਾਂ ਨੂੰ ਆਪਣੇ ਆਪ ਨੂੰ ਸਜਾਉਣ ਦੀ ਲੋੜ ਹੀ ਨਹੀਂ ਰਹਿੰਦੀ, ਕਿਉਂਕਿ ਉਹਨਾਂ ਦੇ ਉੱਤੇ ਵੈਸੇ ਹੀ ਸਾਦਗੀ ਵਿੱਚ ਇੰਨੀ ਸੁੰਦਰਤਾ। ਇਸ ਕਰਕੇ ਜਦੋਂ ਅੰਦਰਲਾ ਹੰਸ ਬਣ ਗਿਆ ਅਤੇ ਕਾਂ ਖਤਮ ਹੋ ਗਿਆ, ਕਾਂ ਦੀਆਂ ਬਿਰਤੀਆਂ ਖਤਮ ਹੋ ਗਈਆਂ, ਉਹ ਹੰਸ ਬਣ ਗਿਆ, ਅਤੇ ਗੁਰੂ ਅਮਰਦਾਸ ਜੀ ਉਹਦਾ ਜ਼ਿਕਰ, ਉਹਦੀ ਵਿਆਖਿਆ ਕਰਦੇ ਨੇ। ਪਹਿਲੀ ਪੰਕਤੀ ਨੂੰ ਇੱਕ ਵਾਰੀ ਫਿਰ ਪੜ੍ਹਨਾ ਕਰੋ ਜੀ। ਸਭ ਦਰ ਤੇ ਬੜਾ ਹੰਸ ਹੈ ਸੱਚ ਨਾਮ ਉਰਤਾਰ। ਸ਼ਬਦ ਵਿੱਚ ਰੰਗੇ ਹੋਏ ਜਿਹੜੇ ਗੁਰਮੁਖ ਨੇ ਬੜਾ ਹੰਸ ਬਣ ਗਏ, ਅਤੇ ਉਹਨਾਂ ਨੇ ਉਰ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਧਾਰਨ ਕਰ ਲਿਆ ਹੈ, ਸੱਚਾਈ ਨੂੰ ਧਾਰਨ ਕਰ ਲਿਆ ਹੈ, ਗੁਰੂ ਕੇ ਉਪਦੇਸ਼ ਨੂੰ ਧਾਰਨ ਕਰ ਲਿਆ, ਨਾਮ ਨੂੰ ਅੰਦਰ ਟਿਕਾ ਲਿਆ ਹੈ। ਸੱਚ ਸੰਗ੍ਰਹਿ ਸਦ ਸੱਚ ਰਹਿ ਸੱਚਾ ਨਾਮ ਪਿਆਰ। ਜਿਉਂ ਹੀ ਗੁਰੂ ਨੇ ਉਹਨਾਂ ਨੂੰ ਸਮਝ ਦਿੱਤੀ ਕਿ ਸੱਚਾ ਨਾਮ ਹੀ ਸਿਰਫ ਸਦਕਾਲੀ ਸਦੀਵੀ ਤੇ ਸਹਾਇਤਾ ਕਰਨ ਵਾਲਾ ਹੈ, ਤੇ ਉਹਨਾਂ ਦਾ ਸੱਚੇ ਨਾਮ ਨਾਲ ਕੁਦਰਤੀ ਪਿਆਰ ਬਣ ਗਿਆ, ਕਿਉਂਕਿ ਗਿਆਨ ਜਾਗਿਆ ਅੰਦਰੋਂ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਚਾਨਣ ਕਾਹਦਾ ਹੋ ਗਿਆ? ਪਤਾ ਲੱਗ ਗਿਆ ਸੱਚ ਹੀ ਮੇਰਾ ਸਹਾਈ ਹੈ,
ਪਰਮਾਤਮਾ ਦਾ ਨਾਮ ਹੀ ਮੇਰਾ ਸਹਾਈ ਹੈ। ਸੱਚ ਨਾਲ ਇੰਨਾ ਪ੍ਰੇਮ ਕਰਨ ਲੱਗ ਪਏ। ਹਾਂ, ਝੂਠੇ ਸੰਸਾਰ ਵਿੱਚ ਰਹਿੰਦੇ ਜ਼ਰੂਰ ਨੇ, ਮਟੀਰੀਅਲ ਵਿੱਚ ਪਦਾਰਥ ਵਿੱਚ ਵਿਚਰਦੇ ਨੇ, ਪਰ ਉਹਨੂੰ ਸਿਰਫ ਇੱਕ ਟੂਲ ਸਮਝਦੇ ਨੇ, ਔਜ਼ਾਰ ਸਰੀਰ ਨੂੰ, ਕਿ ਜਿਵੇਂ ਉਹਨਾਂ ਦੀ ਗੱਡੀ ਹੈ ਉਹਦੇ ਤੋਂ ਕੰਮ ਲੈਣਾ, ਠੀਕ ਹੈ, ਉਹ ਵੀ ਚਾਹੀਦੀ, ਉਹਦੀ ਸਰਵਿਸ ਵੀ ਚਾਹੀਦੀ, ਉਹਨੂੰ ਤੇਲ ਪਾਣੀ ਵੀ ਚਾਹੀਦਾ, ਸਰੀਰ ਦਾ ਵੀ ਖਿਆਲ ਰੱਖਦੇ ਨੇ। ਇੱਥੇ ਇਹ ਨਹੀਂ ਅਰਥ ਕਿ ਸਰੀਰਕ ਜ਼ਿੰਦਗੀ ਤੋਂ ਸੰਨਿਆਸ ਲੈ ਲੈਣਾ, ਪਰ ਉਹ ਸਰੀਰ ਦੇ ਜੀਵਨ ਨੂੰ ਸਮਝ ਲੈਂਦੇ ਵੀ ਹੈ ਕਿ ਇਹਦੇ ਵਿੱਚ ਖੱਪਦੇ ਨਹੀਂ, ਇਹਦੇ ਵਿੱਚ ਡੁੱਬਦੇ ਨਹੀਂ, ਇਹਦੇ ਤੋਂ ਉੱਚੇ ਉੱਠ ਕੇ ਇੱਕ ਉੱਚੇ ਰਸ ਵਿੱਚ ਚਲੇ ਜਾਂਦੇ ਨੇ, ਸੱਚ ਦੇ ਵਿੱਚ ਲੀਨ ਹੋ ਜਾਂਦੇ ਹਨ। ਸਦਾ ਨਿਰਮਲ ਮੈਲ ਨਾ ਲਗਾਏ ਨਦਰ ਕੀਤੀ ਕਰਤਾਰ। ਕਰਤਾਰ ਵਾਹਿਗੁਰੂ ਨੇ ਉਹਨਾਂ ਤੇ ਐਸੀ ਬਖਸ਼ਿਸ਼ ਕਰ ਦਿੱਤੀ, ਐਸੀ ਨਜ਼ਰ ਕਰ ਦਿੱਤੀ, ਹੁਣ ਮੈਲ ਦੇ ਵਿੱਚ ਰਹਿੰਦਿਆਂ ਵੀ ਉਹਨਾਂ ਨੂੰ ਮੈਲ ਨਹੀਂ ਲੱਗਦੀ। ਇੱਕ ਤੇ ਤਰੀਕਾ ਇਹ ਦੱਸਿਆ ਗੁਰੂ ਸਾਹਿਬ ਨੇ, ਦੋ ਟਾਈਮ ਦਾ ਨਿਤਨੇਮ ਤਾਂ ਦਿੱਤਾ ਕਿ ਜਿਹੜੀ ਸੁਭਾਵਿਕ ਮੈਲ ਜਿਵੇਂ ਸਰੀਰ ਨੂੰ ਲੱਗੀ ਹੈ ਤੇ 24 ਘੰਟਿਆਂ ਬਾਅਦ ਜਾਂ 12 ਘੰਟਿਆਂ ਬਾਅਦ ਮਨੁੱਖ ਨਹਾਉਂਦਾ, ਭਾਵੇਂ ਉਹ ਨਾ ਵੀ ਚਾਹੇ ਤਾਂ ਵੀ ਸਰੀਰ ਮੈਲਾ ਹੋ ਜਾਂਦਾ, ਉਹਨੂੰ ਇਸ਼ਨਾਨ ਕਰਨਾ ਪੈਂਦਾ। ਤਾਂ ਗੁਰੂ ਸਾਹਿਬ ਨੇ ਵੇਖਿਆ ਵੀ ਇਹ ਸੁਭਾਵਿਕ ਮੈਲ ਹੈ। ਕਈ ਵਾਰੀ ਕੁਝ ਜਗਿਆਸੂ ਵਿਚਾਰੇ ਨਵੇਂ ਨਵੇਂ ਤੁਰਦੇ ਤੇ ਸਾਡੇ ਵਰਗੇ ਉਹਨਾਂ ਨੂੰ ਡਰਾਈਵ ਬਹੁਤਾ ਜਾਂਦੇ, ਇਹ ਵੀ ਪਾਪ ਜੇ ਜੀ, ਇਹ ਵੀ ਪਾਪ ਜੇ, ਤੂੰ ਪਾਪੀ ਤੂੰ ਪਾਪੀ ਕਹਿ ਕੇ ਮੁੱਲਾ ਨੇ ਜਿੰਦ ਸੁਕਾ ਦਿੱਤੀ। ਉਹ ਜਿਹੜੇ ਸੁਭਾਵਿਕ ਪਾਪ ਨਹੀਂ, ਉਹ ਸੁਭਾਵਿਕ ਵੇਖਣਾ, ਸੁਭਾਵਿਕ ਬੋਲਣਾ, ਸੁਭਾਵਿਕ ਸੁਣ ਲੈਣਾ, ਇਹਨਾਂ ਦੀ ਜਿਹੜੀ ਸੂਖਸ਼ਮ ਮੈਲ ਪੈਂਦੀ ਹੈ ਮਨ ਤੇ, ਸਿੱਖ ਸਾਰਾ ਦਿਨ ਵਿਚਰਿਆ ਤੇ ਸ਼ਾਮ ਨੂੰ ਉਹਨੇ ਰਹਿ ਰਾਜ ਸਾਹਿਬ ਬਹਿ ਕੇ ਜਦੋਂ ਕੀਤਾ ਨਾ, ਉਹ ਸੁਭਾਵਿਕ ਮੈਲ ਉਤਰ ਗਈ, ਸਾਰੀ ਸਾਫ਼ ਹੋ ਗਈ। ਫਿਰ ਜਿਹੜੀ ਹੋਰ ਕੁਝ ਨਾ ਕੁਝ ਪਈ ਸੀ, ਰਾਤ ਨੂੰ ਸੋਹਲੇ ਦੀ ਬਾਣੀ ਪੜ੍ਹੀ, ਕੁਝ ਸਿਮਰਨ ਕੀਤਾ, ਉਹ ਸੁਭਾਵਿਕ ਮੈਲ ਜਿਹੜੀ ਆਰਜੀ ਸੀ ਉਤਰ ਗਈ। ਫਿਰ ਸਵੇਰੇ ਇੱਕ ਵਾਰੀ ਚੰਗੀ ਤਰ੍ਹਾਂ ਰੱਜ ਕੇ ਇਸ਼ਨਾਨ ਕੀਤਾ ਬਾਣੀ ਦੇ ਨਾਲ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਹ ਸੁਭਾਵਿਕ ਮੈਲ ਇਸ ਤਰ੍ਹਾਂ ਲੈ ਜਾਂਦੀ ਹੈ। ਪਰ ਕੁਝ ਲੋਕ ਥੋੜੇ ਜਿਹਾ, ਸਾਰੇ ਨਹੀਂ ਉੱਥੇ ਜਾ ਸਕਦੇ, ਉਹ ਗੁਰੂ ਬਣਾਉਂਦਾ ਉਹਨਾਂ ਨੂੰ, ਉਹ ਐਸੀ ਅਵਸਥਾ ਵਿੱਚ ਜਾਂਦੇ ਨੇ ਵੀ ਮੈਲ ਉਹਨਾਂ ਤੱਕ ਆਉਂਦੀ ਹੈ ਤੇ ਆਉਣ ਤੋਂ ਪਹਿਲੇ ਖਤਮ ਹੋ ਜਾਂਦੀ, ਉਹ ਇੰਨੀ ਪਾਵਰ ਵਿੱਚ ਚਲੇ ਜਾਂਦੇ, ਇੰਨੀ ਸ਼ਕਤੀ, ਮੈਲ ਆ ਹੀ ਨਹੀਂ ਸਕਦੀ। ਜੇ ਤੁਸੀਂ ਉਹਨੂੰ ਪੂਰਾ ਪੜ੍ਹਨਾ ਤੇ ਅਨੰਦ ਸਾਹਿਬ ਵਿੱਚ ਇੱਕ ਪੌੜੀ ਚੰਗੀ ਤਰ੍ਹਾਂ ਪੜ੍ਹ ਲੈਣਾ, ਹੁਣ ਟਾਈਮ ਨਹੀਂ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਿਆ ਨਾ। ਮੈਲ ਪਹੁੰਚਦੀ ਕੋਈ ਨਹੀਂ ਉੱਥੋਂ, ਕਿਉਂ ਨਹੀਂ ਪਹੁੰਚਦੀ? ਜਿਹੜੀ ਚੀਜ਼ ਨੂੰ ਮੈਲ ਲੱਗਣੀ ਹੈ, ਜਿਹੜੇ ਰਾਹੀਂ ਮੈਲ ਆਉਣੀ, ਉਹ ਯੰਤਰ ਜਿਹੜਾ ਅੰਦਰ, ਉਹਨੂੰ ਕਹਿੰਦੇ ਮਨਸਾ। ਕੂੜ ਕੀ ਸੋਏ ਪਹੁੰਚਿਆ ਨਾ ਹੀ, ਕਿਉਂਕਿ ਮਨਸਾ ਸੱਚ ਸਮਾਣੀ। ਹੁਣ ਮੈਲ ਉਹਨਾਂ ਤੱਕ ਨਹੀਂ ਆਉਂਦੀ, ਉਹਨਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ, ਜਨਮ ਰਤਨ ਜਿੰਨੀ ਖੱਟਿਆ, ਭਲੇ ਸੇਵਣ ਜਾਰੇ ਕਹਿ ਨਾਨਕ, ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਉਹ ਵਡਹੰਸ ਹੋ ਗਏ, ਨਿਰਮਲ ਹੋ ਗਏ, ਮੈਲ ਦੇ ਵਿੱਚ ਰਹਿੰਦੇ ਨੇ, ਪਰ ਮੈਲ ਉਹਨਾਂ ਤੱਕ ਪਹੁੰਚਦੀ ਨਹੀਂ, ਕਿਉਂਕਿ ਅੰਦਰ ਨਾਮ ਪਹਿਰੇਦਾਰ ਬਣ ਕੇ ਖਲੋ ਗਿਆ, ਉਹ ਅੰਦਰ ਇੰਟਰ ਨਹੀਂ ਕਰਦੇ ਦਾ ਸੰਸਾਰ ਨੂੰ। ਗੁਰੂ ਦੀ ਤਾਕਤ ਸਿਰ ਤੇ ਹੱਥ ਰੱਖ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੇ, ਕਰ ਹੁਕਮ ਮਸਤਕ ਹੱਥ ਧਾਰ, ਵਿੱਚੋਂ ਮਾਰ ਕੱਢੀਆਂ
ਬੁਰਿਆਈਆਂ, ਗੁਰੂ ਨੇ ਮਾਰ ਕੇ ਕੱਢ ਦਿੱਤੀਆਂ ਬੁਰਿਆਈਆਂ, ਸਾਰੀਆਂ ਖਤਮ ਕਰ ਦਿੱਤੀਆਂ ਹਨ। ਇਹ ਕਰਤਾਰ ਨੇ ਗੁਰੂ ਅਮਰਦਾਸ ਜੀ ਕਹਿੰਦੇ ਕਿਰਪਾ ਕੀਤੀ ਹੈ। ਨਾਨਕ ਹੋ ਦਿਨ ਕੈ ਬਲਹਾਰਣ ਜੋ ਅਣ ਦਿਨ ਜਪੈ ਮੁਰਾਰ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਤੋਂ ਸਤਕਾਲ ਵਾਸਤੇ ਬਲਿਹਾਰੀ ਹਾਂ ਜਿਹੜੇ ਅਣ ਦਿਨ ਦਿਨ ਰਾਤ ਮੁਰਾਰ ਵਾਹਿਗੁਰੂ ਨੂੰ ਜਪਦੇ ਨੇ। ਮੁਰ ਦੈਤ ਨੂੰ ਮਾਰਨ ਵਾਲੇ ਭਾਵ ਵਿਕਾਰਾਂ ਨੂੰ ਮਾਰਨ ਵਾਲੇ ਵਾਹਿਗੁਰੂ ਨੂੰ ਜਪਦੇ ਹਨ ਦਿਨ ਰਾਤ, ਔਰ ਸਾਨੂੰ ਦੱਸ ਰਹੇ ਨੇ ਕਿ ਜਪਣ ਵਾਲਿਆਂ ਤੋਂ ਬਲਹਾਰ ਜਾਇਆ ਕਰ ਅੰਦਰੋਂ ਅੰਦਰੋਂ, ਬਾਹਰੋਂ ਨਹੀਂ ਜ਼ਰੂਰੀ, ਮੂੰਹੋਂ ਕਹਿੰਦੇ ਪਿਆਰ ਕਰ ਗੁਰਸਿੱਖਾਂ ਨੂੰ ਜੇ ਗੁਰੂ ਦੇ ਨੇੜੇ ਹੋਣਾ ਹੈ, ਤੇ ਜੇ ਤੂੰ ਉੱਥੇ ਪੈਰ ਅੰਦਰੋਂ ਈਰਖਾ ਕਰਨੀ ਭਾਈ ਫਿਰ ਗੁਰੂ ਨੇ ਰਾਹ ਨਹੀਂ ਦੇਣਾ ਤੈਨੂੰ। ਗੁਰਸਿੱਖਾਂ ਨੂੰ ਬਾਹਰੋਂ ਨਹੀਂ ਤੇ ਘੱਟੋ ਘੱਟ ਅੰਦਰੋਂ, ਬਾਹਰੋਂ ਜ਼ਰੂਰਤ ਨਹੀਂ, ਪਤਾ ਨਹੀਂ ਲੱਗੇ ਵੀ ਜ਼ਰੂਰ ਹੈ ਬੜਾ ਪ੍ਰੇਮੀ, ਸ਼ਬਦ ਦੀ ਕਹਿਣ ਦੀ ਵੀ ਲੋੜ ਨਹੀਂ ਪੈਂਦੀ, ਪਰ ਅੰਦਰ ਇੱਕ ਭਾਵ ਰਹੇ ਚੱਲਦਾ ਗੁਰਸਿੱਖਾਂ ਦੇ ਪ੍ਰਤੀ। ਉਹਨਾਂ ਤੋਂ ਬਲਹਾਰ ਜਾਣ ਵਾਸਤੇ ਗੁਰੂ ਅਮਰਦਾਸ ਜੀ ਜਾਚ ਸਿਖਾਉਂਦੇ ਨੇ ਜਿਹੜੇ ਅਣ ਦਿਨ ਜਪਦੇ ਹਨ ਵਾਹਿਗੁਰੂ ਦੇ ਨਾਮ ਨੂੰ ਜੀ। ਮਹੱਲਾ ਤੀਜਾ ਮੈਂ ਜਾਣਿਆ ਵੜਾ ਸਵੈ ਤਾਂ ਮੈਂ ਕਿਹਾ ਸੰਗ। ਗੁਰੂ ਅਮਰਦਾਸ ਜੀ ਨੇ 60 ਸਾਲ ਤੱਕ ਕੋਈ ਗੁਰੂ ਨਹੀਂ ਧਾਰਿਆ, ਤੇ 60 ਸਾਲ ਜਦੋਂ ਗੁਰੂ ਅੰਗਦ ਦੇਵ ਜੀ ਦੇ ਕੋਲ ਆਏ ਉਹਦੇ ਤੋਂ ਪਹਿਲਾਂ ਉਹਨਾਂ ਨੂੰ ਕਈ ਲੋਕ ਮਿਲੇ। ਇੱਕ ਤਾਂ ਸਾਖੀ ਵੀ ਆਉਂਦੀ ਵੀ ਇੱਕ ਸਾਧੂ ਮਿਲਿਆ ਸੀ ਹਰੀਦਾਸ ਨਾਂ ਦਾ, ਜਿਹਨੇ ਪੁੱਛ ਲਿਆ ਸੀ ਤੇਰਾ ਗੁਰੂ ਕੌਣ ਹੈ, ਜਿੱਥੋਂ ਗੱਲ ਚੱਲੀ ਸੀ। ਪਰ ਇਹਦੇ ਤੋਂ ਪਹਿਲਾਂ ਵੀ ਉਹ ਖੋਜੀ ਸਨ, ਗੁਰੂ ਅਮਰਦਾਸ ਜੀ ਖੋਜ ਕਰਦੇ ਰਹਿੰਦੇ ਸਨ, ਵੀ ਕਦੀ ਕਿਸੇ ਨੂੰ ਮਿਲਦੇ ਸਨ ਕਦੀ ਕਿਸੇ ਨੂੰ, ਪਰ ਜਦੋਂ ਮਿਲਦੇ ਸਨ ਉਹ ਵੇਖਦੇ ਸਨ ਬਈ ਉਹ ਗੱਲ ਇੱਥੇ ਹੈ ਨਹੀਂ ਜਿਹੜੀ ਮੈਂ ਲੱਭਦਾ ਫਿਰਦਾ, ਅੰਦਰ ਨੂੰ ਕਿਤੇ ਧੀਰਜ ਟਿਕਾ ਆਉਂਦਾ ਨਹੀਂ। ਕਿਉਂਕਿ ਜੇ ਬੰਦੇ ਨੂੰ ਪਹਿਲਾਂ ਮਿੱਟੀ ਲੱਗੀ ਹੈ ਤੇ ਉਹ ਛੱਪੜ ਵਿੱਚ ਨਹਾਏ ਦਾ ਤੇ ਕੋਈ ਅਰਥ ਨਹੀਂ ਨਾ ਹੋਰ ਮਿੱਟੀ ਲੱਗੇ। ਤਾਂ ਮੈਂ ਜਾਣਿਆ ਵਡਹੰਸ ਹੈ, ਬਹੁਤੀ ਵਾਰੀ ਅਸੀਂ ਵੀ ਬੜੀ ਕਾਲੀ ਦੇ ਨਾਲ ਚੁਣ ਲੈਂਦੇ ਹਾਂ ਵੀ ਇਹ ਸਾਧੂ ਹੈ ਸੰਤ ਹੈ ਆਹ ਹੈ ਉਹ, ਬੜੀ ਕਾਲੀ ਨਾਲ। ਇੱਕ ਇਹਦਾ ਕਾਰਨ ਇਹ ਵੀ ਹੈ ਵੀ ਸਾਡੇ ਕੋਲ ਕੋਈ ਕਸਵੱਟੀ ਹੈ ਵੀ ਨਹੀਂ, ਬੜਾ ਔਖਾ ਹੈ ਉਹਨੂੰ ਵੇਖਣਾ ਹੀ, ਬੜਾ ਔਖਾ ਬੜਾ ਕਠਿਨ ਹੈ ਵਡਹੰਸ ਨੂੰ। ਕਿਤੇ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਥੋੜਾ ਜਿਹਾ ਇਸ਼ਾਰਾ ਕੀਤਾ ਹੈ, ਕਿਉਂਕਿ ਅਸੀਂ ਤਾਂ ਇਹਨਾਂ ਗੱਲਾਂ ਵਿੱਚ ਹੀ ਉਲਝ ਗਏ ਨਾ ਜੀ, ਵੀ ਉਹ ਤਾਂ ਤੁਹਾਡੀਆਂ ਸਾਰੀਆਂ ਗੱਲਾਂ ਜਾਣਦੇ ਜੀ, ਉਹਨਾਂ ਨੇ ਦੱਸਿਆ ਰੋਟੀ ਕਾਹਦੇ ਨਾਲ ਖਾ ਕੇ ਆਇਓ, ਇੱਥੇ ਫਸ ਗਿਆ। ਇਹ ਚੀਜ਼ਾਂ ਹੈ ਨੇ ਜ਼ਰੂਰ, ਮੈਂ ਇਹਨਾਂ ਨੂੰ ਖੰਡਨ ਨਹੀਂ ਕਰ ਰਿਹਾ, ਇਹ ਛੋਟੀਆਂ ਨਹੀਂ ਤਾਕਤਾਂ ਹੈ ਨੇ ਤਾਕਤ, ਪਰ ਇਹਨਾਂ ਨੂੰ ਪ੍ਰਗਟ ਬਹੁਤਾ ਨਹੀਂ ਕਰਦੇ। ਉਹਦੀ ਸਭ ਤੋਂ ਵੱਡੀ ਜਿਹੜੀ ਉਹਨਾਂ ਦੀਆਂ ਨਿਸ਼ਾਨੀਆਂ ਦੱਸੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਪਹਿਲੀ ਨਿਸ਼ਾਨੀ ਸੁਖਮਣੀ ਸਾਹਿਬ ਵਿੱਚ ਤੁਸੀਂ ਪੜ੍ਹਦੇ ਹੋ ਕਿ ਉਹ ਦਿਨ ਰਾਤ ਪਰਉਪਕਾਰ ਲਈ ਤਤਪਰ ਰਹਿੰਦੇ ਨੇ, ਜਨਮ ਮਰਨ ਦੋਹੂੰ ਮੈਂ ਨਾਹੀਂ ਜਨ ਪਰਉਪਕਾਰੀ ਆਏ। ਇੱਕ ਹੋਰ ਉਹਨਾਂ ਵਿੱਚ ਦਾਤ ਜੀ ਦਾਨ ਦੇ ਭਗਤੀ ਲਾਇ, ਉਹਨਾਂ ਦਾ ਕੰਮ ਇਹ ਹੈ ਵੀ ਵੱਧ ਤੋਂ ਵੱਧ ਲੋਕਾਂ ਨੂੰ ਲਾ ਦੇਣਾ ਭਗਤੀ ਵਿੱਚ, ਹਰ ਸਿਓ ਲੈਣ ਮਿਲਾਏ। ਉਹਨਾਂ ਦੀ ਨਿਸ਼ਾਨੀ ਇਹ ਦੱਸੀ ਵਡਹੰਸਾਂ ਦੀ, ਸਤਿਗੁਰੂ ਕਹਿੰਦੇ ਮਿਲਾਉਂਦੇ ਨੇ। ਇੱਕ ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹਨਾਂ ਦੇ ਕੋਲ ਬੈਠਿਆਂ ਅਣਮੁਹਾਰੇ ਹੀ ਬਿਨਾਂ ਯਤਨ ਤੋਂ ਸੁਰਤ ਜੁੜਦੀ ਰਸ ਵਿੱਚ ਆਨੰਦ ਵਿੱਚ ਚਲੀ ਜਾਂਦੀ, ਇਹ ਉਹਨਾਂ ਦੀ ਨਿਸ਼ਾਨੀ ਹੈ। ਸਾਧਕੈ ਸੰਗ ਨਹੀਂ ਕਛਕਾਲ ਦਰਸ਼ਨ ਭੇਟਤ ਹੋਤ ਨਿਹਾਲ,
ਇਹ ਦਾਤਾਂ ਸਹਿਜ ਸੁਭਾਏ ਉਹਨਾਂ ਤੋਂ ਪ੍ਰਾਪਤ ਹੁੰਦੀਆਂ ਨੇ, ਪਰ ਕਈ ਵਾਰੀ ਭੁਲੇਖੇ ਵਿੱਚ ਆਦਮੀ ਸੰਗ ਕਰ ਲੈਂਦਾ ਹੈ ਤੇ ਫਿਰ ਉੱਥੋਂ ਮਿਲਦਾ ਨਹੀਂ, ਕਈ ਵਾਰੀ ਤੇ ਨਾਸਤਕ ਹੋ ਜਾਂਦਾ, ਬੇਵਿਸ਼ਵਾਸਾ ਵੀ ਹੋ ਜਾਂਦਾ। ਇਸ ਕਰਕੇ ਸਾਨੂੰ ਕੋਈ ਪੂਰਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਲੇ, ਇਹਦਾ ਇੱਕੋ ਇਲਾਜ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹਰ ਰੋਜ਼ ਅਰਦਾਸ ਹੀ ਕਰਨੀ ਚਾਹੀਦੀ। ਜੇ ਜਾਣਾ ਬਗ ਬੱਪੜਾ ਤਾਂ ਜਨਮਨ ਦੇ ਅੰਗ, ਜੇ ਪਤਾ ਹੁੰਦਾ ਵੀ ਬਗਲਾ ਸੀ ਚਿੱਟੇ ਰੰਗ ਦਾ, ਹੰਸ ਵਰਗਾ ਲੱਗਦਾ ਸੀ, ਪਰ ਇਹ ਤਾਂ ਸਵਾਰਥੀ, ਇਹ ਤਾਂ ਭਰਮਾਂ ਵਿੱਚ, ਭੁਲੇਖਿਆਂ ਵਿੱਚ, ਗੇੜਿਆਂ ਵਿੱਚ ਪਾ ਪਾ ਕੇ ਫਸਾਉਂਦਾ ਸੀ ਬੰਦੇ। ਇਹਨੇ ਤੇ ਬੋਝ ਪਾ ਦਿੱਤਾ, ਥਕਾ ਦਿੱਤਾ ਬੰਦੇ ਨੂੰ, ਥਕੇਵਾਂ ਲਾਉਣਾ ਕੀ ਸੀ। ਕਹਿੰਦੇ ਜੇ ਪਤਾ ਹੁੰਦਾ ਤੇ ਮੈਂ ਕਦੀ ਵੀ ਇਹਦਾ ਸੰਗ ਨਾ ਕਰਦੀ। ਗੁਰੂ ਅਮਰਦਾਸ ਜੀ ਥੋੜਾ ਜਿਹਾ ਸਾਨੂੰ ਇਹ ਸੁਚੇਤ ਕਰ ਰਹੇ ਹਨ। ਮਹੱਲਾ ਤੀਜਾ, ਅੰਸਾ ਵੇਖ ਤਰਦਿਆ ਬੱਗਾ ਪੇ ਆਇਆ ਚਾ, ਹੰਸਾਂ ਨੂੰ ਤਰਦਿਆਂ ਹੋਇਆਂ ਨੂੰ ਵੇਖ ਕੇ ਬਗਲਿਆਂ ਨੂੰ ਚਾਹ ਤਾਂ ਆ ਗਿਆ। ਇਹਦਾ ਅਰਥ ਇਹ ਹੈ ਕਿ ਜਿਹੜੇ ਲੋਕ ਬੜੀ ਵੱਡੀ ਬਖਸ਼ਾਂ ਦੇ ਪਾਤਰ ਬਣ ਜਾਂਦੇ, ਉਹਨਾਂ ਦੀ ਪਾਵਰ, ਉਹਨਾਂ ਦੀ ਸ਼ਕਤੀ ਵੱਧ ਜਾਂਦੀ ਹੈ। ਉਹ ਕਈ ਪ੍ਰਕਾਰ ਨਾਲ ਇੱਥੇ ਇਸ ਮਾਰਗ ਦੇ ਉੱਤੇ ਤੁਰਦੇ ਨੇ, ਪਰ ਉਹਨਾਂ ਨੂੰ ਵੇਖ ਕੇ ਕਈ ਵਾਰੀ ਰੀਸ ਵਿੱਚ, ਬਗਲੇ ਦਾ ਅਰਥ ਹੈ ਮਨਮੁੱਖ, ਉਹਨਾਂ ਵਾਂਗ ਚਾਹ ਆ ਗਿਆ ਤਰਨ ਦਾ। ਉਹ ਅੰਦਰ ਦਾਤ ਮਿਲੀ ਨਹੀਂ ਸੀ, ਗੁਰੂ ਦੇ ਅੱਗੇ ਅਰਦਾਸ ਅਜੇ ਕੀਤੀ ਨਹੀਂ ਸੀ, ਅਜੇ ਗੁਰੂ ਨੇ ਬਖਸ਼ਿਸ਼ ਕੀਤੀ ਨਹੀਂ ਸੀ, ਅਜੇ ਕੀਤਾ ਘੱਟ ਸੀ ਤੇ ਵਿਖਾਉਣਾ ਜ਼ਿਆਦਾ ਸ਼ੁਰੂ ਕਰ ਦਿੱਤਾ। ਹੁਣ ਵਿਖਾਉਣ ਦੀ ਤਾਂ ਲੋੜ ਹੀ ਨਹੀਂ। ਤੇ ਬਾਹਰ ਵੀ ਕਿਸੇ ਜਗਿਆਸੂ ਨੇ ਇਹ ਪ੍ਰਸ਼ਨ ਕੀਤਾ ਸੀ ਵੀ ਜੋ ਕੁਝ ਦਾਤ ਮਿਲੇ ਉਹਨੂੰ ਲੁਕਾਈਏ ਕਿਵੇਂ। ਉਹਨੂੰ ਲੁਕਾਉਣ ਦਾ ਇੱਕੋ ਹੀ ਤਰੀਕਾ ਹੈ, ਜਿਹੜੀ ਵੀ ਦਾਤ ਮਿਲੀ ਉਹ ਗੁਰੂ ਦੀ ਸਮਝੇ, ਆਪਣੀ ਨਾ ਸਮਝੇ। ਫਿਰ ਉਹ ਵਰਤੀ ਵੀ ਜਾਏਗੀ ਤਾਂ ਵੀ ਕੋਈ ਨਹੀਂ ਘਟਦੀ, ਜਦੋਂ ਆਪਣੀ ਸਮਝ ਲਈ ਉਦੋਂ ਨੁਕਸਾਨ ਕਰੇਗੀ, ਉਦੋਂ ਬੰਦਾ ਕਹੇਗਾ ਮੈਂ ਕੀਤਾ। ਇਸ ਕਰਕੇ ਉਹ ਜਿਹੜੇ ਲੋਕ ਨੇ ਉਹ ਕਦੀ ਆਪਣੀ ਨਹੀਂ ਸਮਝਦੇ, ਜਿਹੜੀ ਦਾਤ ਮਿਲੀ ਉਹ ਗੁਰੂ ਦੀ ਦਾਤ ਸਮਝਦੇ ਵੀ ਉਹਦਾ ਕੰਮ ਹੈ, ਉਹ ਹੋ ਰਿਹਾ, ਉਹਦਾ ਕਾਰ ਕੌਣ ਹੈ ਤੇ ਦਿਹਾੜੀਦਾਰ ਹਾਂ ਅਸੀਂ, ਉਹ ਮਾਲਕ ਜਾਣੇ ਉਹਦਾ ਸਮਾਨ ਸਟੋਰ ਉਹਦਾ ਹੈ, ਜਿਵੇਂ ਜਿਵੇਂ ਉਹਨੇ ਕਿਹਾ ਜਿਹਨੂੰ ਵੰਡਣਾ ਕਰਨਾ ਉਸ ਤਰ੍ਹਾਂ ਕਰੀ ਜਾਂਦੇ ਉਸ ਹਿਸਾਬ ਦੇ ਨਾਲ। ਇਸ ਤਰੀਕੇ ਦੇ ਨਾਲ ਉਹ ਰੀਸ ਕਰ ਲੈਂਦੇ, ਪਰ ਚਾਹੀਦਾ ਇਹ ਹੈ ਪਹਿਲਾਂ ਕਿ ਉਹ ਦਾਤ ਮੰਗਣੀ ਵੀ ਸਤਿਗੁਰੂ ਸਾਨੂੰ ਉਹ ਜਾਚ ਦੱਸ ਦਿਓ ਵੀ ਅਸੀਂ ਤੁਹਾਡੇ ਇਹ ਤਰੀਕੇ ਦੇ ਨਾਲ ਇੱਕ ਪਾਸਟਰ ਬਣ ਜਾਈਏ, ਤੁਹਾਡੀ ਦਾਤ ਨੂੰ ਪਾਸ ਕਰਨ ਵਾਲੇ, ਨਾ ਕਿ ਮਾਲਕ ਬਣੀਏ ਉਹਦੇ। ਇਹ ਤਰੀਕਾ ਦੱਸ ਦਿੱਤਾ, ਵਰਤਾਵੇ ਬਣਾ ਦਿੱਤਾ ਗੁਰਸਿੱਖਾਂ ਨੂੰ, ਵਰਤਾਈ ਚੱਲੋ ਰਸੋਈ ਗੁਰੂ ਨਾਨਕ ਦੀ, ਜੇ ਆਪਣੀ ਸਮਝ ਲਈ ਫਿਰ ਸੌਦਾ ਮੁੱਕਣਾ ਸ਼ੁਰੂ ਹੋ ਜਾਏ। ਇਸ ਕਰਕੇ ਕਹਿੰਦੇ ਕਿ ਕਦੀ ਕਦੀ ਇਸ ਤਰ੍ਹਾਂ ਰੀਸ ਕਰਦੇ ਨੇ ਮਨੁੱਖ ਜੀਵਨ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਹੀ। ਡੁੱਬ ਮੋਏ ਬਗ ਬੱਪੜੇ ਸਿਰ ਤਲੇ ਉੱਪਰ ਪਾਉ, ਪੂਰੇ ਗੁਰੂ ਦੇ ਹੱਥ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ ਆਪਣੇ ਆਪ ਨੂੰ ਜਨਾਉਣਾ, ਆਪਣੇ ਆਪ ਨੂੰ ਵੱਡਾ ਸਮਝਣਾ, ਫਿਰ ਉਹ ਬਗਲੇ ਡੁੱਬ ਗਏ ਸਿਰ ਤਲ ਉੱਪਰ ਪਾਉ, ਉਹਨਾਂ ਦੇ ਪੈਰ ਉੱਪਰ ਨੂੰ ਸਿਰ ਥੱਲੇ ਭਾਵ, ਇਸ ਮਾਰਗ ਤੇ ਸਫ਼ਰ ਨਹੀਂ ਕਰ ਸਕੇ, ਵਿੱਚ ਹੀ ਰਹਿ ਗਏ, ਕਿਉਂਕਿ ਉਹਨਾਂ ਨੇ ਦਿੱਤੀ ਹੋਈ ਦਾਤ ਨੂੰ ਆਪਣਾ ਸਮਝ ਲਿਆ ਔਰ ਗੁਰੂ ਨੂੰ ਪਾਸੇ ਕਰ ਦਿੱਤਾ। ਇਸ ਤਰ੍ਹਾਂ ਉਹ ਪ੍ਰਵਾਨ ਨਹੀਂ ਹੁੰਦੇ ਜੀ, ਪੌੜੇ ਤੋਂ ਆਪੇ ਹੀ ਆਪ 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 ਕਾਰਨ ਕੀਆ। ਗੁਰੂ ਸਾਹਿਬ ਦਾ ਇਹ ਸਿਧਾਂਤ ਹੈ, ਚੰਗਿਆਈ ਤੇ ਬੁਰਿਆਈ ਦੀ ਦੋਵੇਂ ਵਿਆਖਿਆ ਕਰਨਗੇ,
ਤੁਸੀਂ ਦੋਵੇਂ ਸਲੋਕ ਸੁਣੇ ਨੇ, ਚੰਗਿਆਈ ਤੇ ਬੁਰਾਈ ਦੋਵਾਂ ਦੀ ਵਿਆਖਿਆ ਹੋਈ ਹੈ। ਇਹ ਨਹੀਂ ਆਪਾਂ ਕਹਿ ਸਕਦੇ ਵੀ ਇਕੱਲੀ ਚੰਗਿਆਈ ਇਕੱਲੇ ਨਾਮ ਦੀ। ਕਈ ਸਰੀਰ ਆਉਂਦੇ ਨੇ ਕਥਾ ਵਿੱਚ, ਉਹ ਕਹਿੰਦੇ ਨਾਮ ਦੀ ਇਕੱਲੀ ਗੱਲ ਕਰਿਆ ਕਰੋ, ਵਿੱਚ ਉੱਠ ਕੇ ਵੀ ਚਲੇ ਜਾਂਦੇ ਨੇ, ਕਹਿੰਦੇ ਰਸ ਟੁੱਟ ਗਿਆ, ਵਾਹਵਾ ਰਸ ਆ ਰਿਹਾ। ਹੁਣ ਇਹ ਜਿਹੜੀ ਕਲਾਸ ਹੈ ਨਾ ਗੁਰੂ ਨਾਨਕ ਦੀ, ਇੱਥੇ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਦੇ ਬੈਠੇ ਨੂੰ ਸਾਰੇ ਦਸਵੀਂ ਵਾਲਿਆਂ ਦੀ ਗੱਲ ਥੋੜ੍ਹੀ ਕਰਨੀ, ਸਾਰਾ ਕੁਝ ਚੱਲਣਾ ਇੱਥੇ। ਇੱਥੇ ਬੁਰਿਆਈ ਦੀ ਵਿਆਖਿਆ ਵੀ ਹੋਣੀ ਹੈ, ਇੱਥੇ ਨਾਮ ਦੀ ਵੀ ਹੋਣੀ, ਇੱਥੇ ਰਸ ਦੀ ਵੀ ਹੋਣੀ ਹੈ, ਵੱਖਰੇ ਵੱਖਰੇ ਕੰਸੈਪਟ ਨੇ, ਇੱਕੋ ਜਿਹਾ ਨਹੀਂ ਚੱਲੇਗਾ। ਤਾਂ ਇਸ ਤਰ੍ਹਾਂ ਜਦੋਂ ਗੁਰੂ ਸਾਹਿਬ ਦਾ ਸਿਧਾਂਤ, ਜਿਵੇਂ ਦੋ ਸਲੋਕ ਨੇ ਉਹਦੇ ਵਿੱਚ ਹੰਸਾਂ ਦੀ ਗੱਲ ਵੀ ਕਰ ਦਿੱਤੀ ਤੇ ਬਗਲਿਆਂ ਦੀ ਵੀ ਵਿਆਖਿਆ ਕਰਨ ਤੋਂ ਬਾਅਦ, ਹੁਣ ਪੌੜੀ ਵਿੱਚ ਅਗਲਾ ਜਿਹੜਾ ਤਰੀਕਾ ਉਹ ਵਰਤ ਰਹੇ ਨੇ, ਉਹ ਆਮ ਹੀ ਵਰਤਿਆ ਗਿਆ ਸ਼ਬਦਾਂ ਦੇ ਵਿੱਚ, ਬੁਰਿਆਈ ਤੇ ਚੰਗਿਆਈ ਦੀ ਵਿਆਖਿਆ ਕਰਨ ਤੋਂ ਬਾਅਦ ਇਹ ਕਹਿ ਦਿੰਦੇ ਨੇ ਵੀ ਇਹ ਤੇਰਾ ਰੰਗ ਹੈ ਤੇ ਤੂੰ ਜਾਣੇ, ਅਸੀਂ ਤਾਂ ਸੱਚ ਤੇ ਝੂਠ ਸਾਹਮਣੇ ਬਿਆਨ ਕਰਨਾ ਸੀ ਕਰ ਦਿੱਤਾ, ਨਾ ਸਾਨੂੰ ਝੂਠਿਆਂ ਨਾਲ ਨਫ਼ਰਤ ਤੇ ਨਾ ਸੱਚ ਦਾ ਹੰਕਾਰ ਹੈ। ਉਹਨੂੰ ਪ੍ਰਗਟ ਕਰਨ ਲਈ ਪੌੜੀ ਵਿੱਚ ਕਹਿੰਦੇ ਨੇ, ਫਿਰ ਪੜਨਾ ਕਰੋ ਜੀ, ਆਪ ਕਾਰਨ ਕੀਆ, ਹੇ ਅਕਾਲ ਪੁਰਖ ਤੂੰ ਆਪ ਹੀ ਬਣਾਇਆ ਹੈ ਸਾਰਾ ਕੁਝ, ਕੋਈ ਕਿਵੇਂ ਦਾ, ਕੋਈ ਕਿਵੇਂ ਦਾ ਹੈ, ਆਪ ਸਭ ਕੁਝ ਆਪ ਹੈ, ਕਾਰਨ ਕੀਤਾ, ਤੂੰ ਕਾਰਨ ਬਣਾਏ ਨੇ, ਜੁਗਤ ਬਣਾਈਏ, ਇਸ ਤਰ੍ਹਾਂ ਸੰਸਾਰ ਨੂੰ ਚਲਾ ਰਿਹਾ ਹੈ। ਤੂੰ ਆਪੇ ਆਪ ਨਿਰੰਕਾਰ ਕੋ ਅਵਰ ਨਬੀਆ, ਤੂੰ ਨਿਰੰਕਾਰ ਆਕਾਰ ਤੋਂ ਰਹਿਤ ਹੋ ਕੇ ਸਾਰਿਆਂ ਦੇ ਵਿੱਚ ਵਿਚਰ ਰਿਹਾ ਹੈ, ਦੂਸਰਾ ਕੋਈ ਬੀਆ ਹੋਰ ਨਹੀਂ ਹੈ, ਸਾਰਿਆਂ ਥਾਵਾਂ ਤੇ ਆਪ ਹੀ ਵਿਚਰਦੇ ਹੋ। ਤੂੰ ਕਰਨ ਕਾਰਨ ਸਮਰੱਥ ਤੂੰ ਕਰੇ ਸੋਚਿਆ, ਕਰਨ ਤੇ ਕਾਰਨ ਜਦੋਂ ਉਹਨੇ ਕੁਝ ਕਰਨਾ ਹੁੰਦਾ ਤੇ ਪਹਿਲਾਂ ਕਾਰਨ ਬਣਾਉਂਦਾ, ਉਸ ਤਰ੍ਹਾਂ ਦੀ ਜੁਗਤ, ਉਸ ਤਰ੍ਹਾਂ ਦੇ ਤਰੀਕੇ, ਉਸ ਤਰ੍ਹਾਂ ਦੇ ਬੰਦੇ ਬੁਲਾ ਦੇਗਾ, ਉਸ ਤਰ੍ਹਾਂ ਦਾ ਰਹਿਣ ਸਹਿਣ ਸ਼ੁਰੂ ਹੋ ਜਾਏਗਾ। ਜਦੋਂ ਕਿਸੇ ਨੂੰ ਦਾਤ ਮਿਲਣੀ ਹੋਵੇ ਤੇ ਸਭ ਤੋਂ ਪਹਿਲਾਂ ਗੁਰੂ ਗੁਰਸਿੱਖਾਂ ਦੀ ਸੰਗਤ ਬਖਸ਼ਦਾ, ਕਾਰਨ ਬਣਾਉਂਦਾ ਹੈ ਤੇ ਫਿਰ ਉਹ ਆਪਣੀ ਦਾਤ ਨੂੰ ਸਿੱਖ ਦੀ ਝੋਲੀ ਵਿੱਚ ਪਾਉਂਦਾ ਹੈ। ਤੂੰ ਅਣ ਮੰਗਿਆ ਦਾਨ ਦੇਵਣਾ ਸਭ ਨਾ ਦੀਆ, ਤੂੰ ਬਿਨਾਂ ਮੰਗਣ ਤੋਂ ਬੜਾ ਕੁਝ ਦੇਈ ਜਾ ਰਿਹਾ, ਆ ਅਸੀਂ ਤੇ ਜੋ ਕੁਝ ਮੰਗਣਾ ਤੇ ਹਜ਼ਾਰਵਾਂ ਹਿੱਸਾ ਵੀ ਨਹੀਂ ਸਾਡੀ ਲੋੜ ਦਾ, ਸਾਨੂੰ ਪਤਾ ਹੀ ਨਹੀਂ, ਅਸੀਂ ਸੋਚਿਆ ਵੀ ਆਹ ਲੋੜ ਸੀ ਤੇ ਆਹ ਮੰਗ ਲਈਏ, ਨਹੀਂ, ਉਹਨੇ ਸਾਡੇ ਸਰੀਰ ਦੇ ਵਿੱਚ ਇੰਨੀਆਂ ਚੀਜ਼ਾਂ ਫਿੱਟ ਕੀਤੀਆਂ ਹੋਈਆਂ ਨੇ, ਜਿਹੜੀ ਸਾਨੂੰ ਰੋਜ਼ ਲੋੜ ਪੈਂਦੀ ਹੈ ਉਹ ਲੋੜ ਪੂਰੀ ਵੀ ਹੋ ਜਾਂਦੀ, ਪਰ ਸਾਨੂੰ ਉਹਨਾਂ ਦਾ ਪਤਾ ਹੀ ਕੋਈ ਨਹੀਂ ਲੱਗਦਾ ਸਰੀਰ ਦੇ ਵਿੱਚ। ਹੁਣ ਇਹਦੀ ਵਿਆਖਿਆ ਦਾ ਟਾਈਮ ਨਹੀਂ ਵੀ ਸਰੀਰ ਦੇ ਵਿੱਚ ਕੀ ਫਿੱਟ ਕੀਤਾ, ਜਿਹਦਾ ਸਾਨੂੰ ਪਤਾ ਨਹੀਂ ਕਦੋਂ ਲੋੜ ਪੈਂਦੀ ਹੈ, ਉਹ ਸਿਸਟਮ ਲੋੜ ਪੂਰੀ ਕਰ ਦਿੰਦਾ ਫਿਰ ਉੱਥੇ ਖਲੋ ਜਾਂਦਾ, ਜਦੋਂ ਲੋੜ ਪੈਂਦੀ ਪਹਿਰੇਦਾਰ ਬਣ ਕੇ ਸਰੀਰ ਵਿੱਚ ਖੜਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਸਾਰਿਆਂ ਥਾਵਾਂ ਤੇ ਵਰਤਦਾ ਹੈ ਤੇ ਕਿਰਪਾ ਕਰਦਾ ਹੈ। ਸਭ ਆਖੋ ਸਤਿਗੁਰੁ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀਆ। ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਹੈ, ਭਾਈ ਸਾਰੇ ਮਿਲ ਕੇ ਪੂਰੇ ਗੁਰੂ ਦੀ ਉਸਤਤ ਕਰੋ, ਉਹਨੂੰ ਧੰਨ ਧੰਨ ਕਹੋ ਜਿਹਨੇ ਦਾਨ ਦਿੱਤਾ ਨਾਮ ਦਾ ਸਿੱਖ ਦੇ ਮੂੰਹ ਵਿੱਚ, ਕਿਉਂਕਿ ਇੱਕ ਨਾਮ ਸਿੱਖ ਜਪਦਾ ਹੈ ਤੇ ਨਾਮ ਦੇ ਵਿੱਚ ਜਿਹੜਾ ਰਸ ਪਾਉਂਦਾ ਗੁਰੂ ਵੱਲੋਂ ਦਾਨ ਹੁੰਦਾ ਹੈ। ਦੋ ਚੀਜ਼ਾਂ ਨੇ, ਜਿਵੇਂ ਫਸਲ ਜ਼ਿਮੀਂਦਾਰ ਬੀਜਦਾ ਹੈ ਪਰ ਉਹ ਦਾਣੇ ਨਹੀਂ ਉਹਨੂੰ ਲਾ ਸਕਦਾ, ਦਾਣੇ ਉਹਨੂੰ ਕੁਦਰਤ ਲਾਉਂਦੀ ਹੈ, ਕੁਦਰਤੀ ਲੱਗਦੇ ਨੇ। ਇਸ ਤਰ੍ਹਾਂ ਨਾਮ ਇੱਕ ਦਾਨ ਹੈ, ਦਾਤ ਹੈ ਜਿਹੜੀ ਗੁਰੂ ਵੱਲੋਂ ਦਿੱਤੀ ਜਾਂਦੀ ਹੈ,
ਸਾਰੇ ਇਸ ਸ਼ਬਦ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਵਡਹੰਸ ਹੰਸ ਤੇ ਬਗਲੇ ਦੀ ਵਿਆਖਿਆ ਕਰਕੇ ਸਾਡੇ ਇਸ ਸਰੀਰ ਦੇ ਵਿੱਚ ਇਸ ਜੀਵਨ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਡੀਆਂ ਨੇ ਔਰ ਜਿਹੜੀਆਂ ਸਾਡੀਆਂ ਨਹੀਂ ਉਹਨਾਂ ਨੂੰ ਅਸੀਂ ਕਦੋਂ ਸਮਝ ਸਕਾਂਗੇ, ਧੋਖੇ ਤੋਂ ਕਦੋਂ ਬਚ ਸਕਾਂਗੇ, ਨਹੀਂ ਤੇ ਜਿਹੜੀਆਂ ਚੀਜ਼ਾਂ ਆਪਣੀਆਂ ਨਹੀਂ ਸਨ ਉਹ ਅਸੀਂ ਢੋਂਦੇ ਰਹੇ। ਬਹੁਤ ਦੁੱਖ ਲੱਗੇ, ਸਫ਼ਰ ਕੀਤਾ 20 ਘੰਟਿਆਂ ਦਾ, ਭੁਲੇਖੇ ਨਾਲ ਅਟੈਚੀ ਦੂਜੇ ਦੀ ਚੁੱਕੀ ਫਿਰੇ, ਉੱਥੇ ਆ ਕੇ ਉਹਨੇ ਕਿਹਾ ਜੀ ਇਹਦੇ ਤੁਹਾਡੀ ਨਹੀਂ, ਖੋਹ ਲਈ ਲੈਣੀ ਉਸਨੇ ਉਹਦੀ। ਤਕਰੀਬਨ ਅਸੀਂ ਦੂਜਿਆਂ ਦਾ ਹੀ ਸਮਾਨ ਚੁੱਕੀ ਫਿਰਨੇ ਹਾਂ, ਆਪਣਾ ਕੋਈ ਨਹੀਂ ਸਾਡੇ ਕੋਲ, ਢੋਈ ਜਾਂਦੇ ਹਾਂ ਸਾਰੀ ਉਮਰ ਗਧੇ ਵਾਂਗ। ਉਹ ਸਾਡਾ ਨਹੀਂ ਸਮਾਨ, ਉਹ ਖੋਹ ਲੈਣਾ ਸਾਰਿਆਂ ਨੇ। ਜਿਹੜਾ ਸਾਡਾ ਸੀ ਉਹ ਗੁਰੂ ਕੀ ਬਖਸ਼ਿਸ਼, ਗੁਰੂ ਕਾ ਨਾਮ, ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਕੋਲ ਰੱਖਣਾ ਚਾਹੀਦਾ, ਜੋ ਸਾਡੇ ਕੰਮ ਆਉਣ ਵਾਲਾ ਹੈ। ਕਿਤੇ ਦੂਜਿਆਂ ਦਾ ਢੋਂਦਿਆਂ ਢੋਂਦਿਆਂ ਜ਼ਿੰਦਗੀ ਨਾ ਲੰਘ ਜਾਏ ਸਾਰੀ ਉਮਰ, ਇਹ ਉਪਦੇਸ਼ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ। ਹਜ਼ੂਰ ਬਖਸ਼ਿਸ਼ ਕਰਨ ਭੁੱਲਾ ਚੁੱਕਾਂ ਦੀ ਖਿਮਾ। ਅਖੀਰਲੀ ਪੰਕਤੀ ਇੱਕ ਵਾਰੀ ਭਾਈ ਸਾਹਿਬ ਜੀ ਪੜ੍ਹਨਗੇ, ਸਾਰੇ ਸਰਵਣ ਕਰੀਏ ਜੀ। ਸਭ ਆਖੋ ਸਤਿਗੁਰ ਵਾਹੁ ਵਾਹੁ, ਜਿਨ ਦਾਨ ਹਰ ਨਾਮ ਮੁਖ ਦੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।